ਸਿਨਨ ਅੰਗਦ ਗੁਰੂ ਅਮਰਦਾਸ ਸੁਖੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਜੋਰ ਕਰ ਬੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵਾਰਾਗ ਗੁਰੂ ਗ੍ਰੰਥ ਸਾਹਿਬ ਉਹ ਦਦ ਬੰਦੋਂ ਕਰ ਅਨੁਰਾਗ ਸਿਰ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤិន ਸੰਤਨ ਕੋ ਬੰਦਨ ਸਿਰ ਚਰਨਨ ਪਰਤਾਰ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪਿ ਲਿਹੁ ਤum ਕਥਾ ਸੁਧਾਰੀ ਹਮ ਨਾਸਕਤ ਕਰਿ ਸਿਫਤ ਤੁਮਾਰੀ ਆਪਿ ਲਿਹੁ ਤum ਕਥਾ ਸੁਧਾਰੀ ਧਨਵਾਹੀ ਗੁਰੂ ਜੀ ਦੋਹਰਾ ਕੁਰਨੇ ਸ਼ੰਬਾ ਬਰ ਕਰਿ ਉਠਿਓ ਬਡੋ ਅਚੰਬ ਜਾਣ ਸਤ ਗੁਰ ਆਖੀ ਸੋ ਕਰੀ ਲੈ ਆਸੋ ਕਿਉ ਪਿਆਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਸਤ ਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਸੰਧਿਆ ਦੇ ਸਜੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਆਪ ਜੀ ਨੇ ਗੁਰੂ ਘਰ ਦੇ ਕੀਰਤਨੀਏ ਸਿੰਘਾਂ ਪਾਸੋਂ ਨਾਮ ਸਮਰਨ ਅਭਿਆਸ ਦਾ ਆਨੰਦ ਮਾਣਿਆ ਹੈ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ ਵਾਹਿਗੁਰੂ 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 ਇਹ ਕਹਿਣ ਨੂੰ ਤਾਂ ਅੱਖਰ ਛੋਟਾ ਜਿਹਾ ਹੈ ਪਰ ਇਹਦਾ ਮੁੱਲ ਪੈਂਦਾ ਵਾਹਿਗੁਰੂ ਦੇ ਦਰਬਾਰ ਵਿੱਚ ਜਿਵੇਂ ਹੀਰਾ ਹੱਥ ਮੈਂ ਤਨਕ ਸੋਂ ਦਿਖਾਈ ਦੇ ਤ ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ ਇਹਰਾ ਦਿਸਦਾ ਤਾਂ ਛੋਟਾ ਜਿਹਾ ਹੈ ਪਰ ਜੇ ਉਹਦਾ ਮੁੱਲ ਪਾਈਏ ਤੇ ਲੱਖਾਂ ਕਰੋੜਾਂ ਅਰਬਾਂ ਖਰਬਾਂ ਚ ਪੈ ਜਾਂਦਾ ਹੈ। ਇਸੇ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਅੱਖਰ ਤਾਂ ਚਾਰ ਹੀ ਹਨ ਪਰ ਇਹਨਾਂ ਚਾਹਾਂ ਅੱਖਰਾਂ ਦਾ ਫਲ ਅਕਾਲ ਪੁਰਖ ਦੇ ਦਰਬਾਰ 'ਚ ਪਵੇਗਾ। ਉੱਥੇ ਇਹਦਾ ਮੁੱਲ ਪਵੇਗਾ ਪਤਾ ਲੱਗੇਗਾ ਵੀ ਇਹ ਕਿੰਨਾ ਮਹਿੰਗਾ ਹੈ। ਤੈਸੇ ਗੁਰਬਚਨ ਸਚਨ ਗੁਰ ਸਿੱਖਰ ਮੈਂ ਜਾਣੀਏ ਮਹਾਤਮ ਗਏ ਹੀ ਹਰ ਦੁਆਰ ਜੀ। ਹਰੀ ਦੇ ਦਰਬਾਰ ਵਿੱਚ ਵਾਹਿਗੁਰੂ ਦੇ ਦਰਬਾਰ 'ਚ ਇਹਦਾ ਫਲ ਮਿਲਦਾ ਹੈ। ਆਪ ਜੀ ਨੇ ਨਾਮ ਜਪ ਕੀਤਾ ਹੈ। ਔਰ ਰੋਜ਼ ਕਥਾ ਸਰਵਣ ਕਰ ਰਹੇ ਹੋ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ। ਭਾਈ ਸਾਹਿਬ ਤਾਰੂ ਸਿੰਘ ਜੀ ਸ਼ਹੀਦ ਨੇ ਸਿੰਘਾਂ ਨੂੰ ਇਹ ਦੱਸਿਆ ਸੀ ਵੀ ਬਾਬਰ ਬਾਦਸ਼ਾਹ ਨੇ ਕਿਵੇਂ ਗੁਰੂ ਨਾਨਕ ਸਾਹਿਬ ਕੋਲੋਂ ਰਾਜ ਮੰਗਿਆ। ਪਹਿਲਾਂ ਤੇ ਉਹਦੇ ਮਨ ਵਿੱਚ ਇਹੀ ਸੀ ਵੀ ਮੈਂ ਤੇ ਆਪਣੇ ਪੈਗੰਬਰ ਕੋਲੋਂ ਰਾਜ ਲੈਣਾ। ਮੁਹੰਮਦ ਸਾਦ ਉਹ ਰਾਜ ਲੈ ਲਾਂਗਾ ਜਦੋਂ ਕਾਬਲ ਤੋਂ ਤੁਰਿਆ ਸੀ ਇਹ ਕਹਿ ਕੇ ਤੁਰਿਆ ਸੀ ਦੌਲਤਖਾਨ ਨੇ ਕਿਹਾ ਸੀ ਗੁਰੂ ਨਾਨਕ ਸਾਹਿਬ ਕੋਲੋਂ ਰਾਜ ਲੈ ਦੇਾਂਗੇ ਪਰ ਉਹਨੇ ਗੱਲ ਕੱਟ ਦਿੱਤੀ ਸੀ ਕਈ ਲੋਕ ਹੁੰਦੇ ਆ ਗੱਲ ਨੂੰ ਨਾ ਪੂਰੀ ਤਰ੍ਹਾਂ ਸੁਣਦੇ ਨਹੀਂ ਸਮਝਦੇ ਨਹੀਂ ਆਪਣੀ ਲੱਤ ਪਹਿਲਾਂ ਹੀ ਢਾ ਲੈਂਦੇ ਆ ਉਹਨਾਂ ਬਾਰੇ ਮਹਾਰਾਜ ਕਹਿੰਦੇ ਅਸੰਖ ਗੱਲ ਵੱਢ ਹੱਤਿਆ ਕਮਾਏ ਅਸੰਖ ਲੋਕ ਐਸੇ ਹਨ ਜਿਹੜੇ ਗੱਲ ਹੀ ਕੱਟ ਦਿੰਦੇ ਕਿਸੇ ਦੀ ਗੱਲ ਸੁਣਦੇ ਹੀ ਨਹੀਂ ਪੂਰੀ ਇਹ ਵੀ ਬੜੀ ਵੱਡੀ ਹੱਤਿਆ ਹੈ ਕਿਸੇ ਦਾ ਬਚਨ ਹੀ ਨਹੀਂ ਸੁਣਨਾ ਜਿਹੜਾ ਬੰਦਾ ਕਿਸੇ ਦਾ ਬਚਨ ਨਹੀਂ ਸੁਣਦਾ ਪੂਰਾ ਉਹ ਅਖੀਰ ਨੂੰ ਸਾਥ ਸੰਗਤ ਜੀ ਦੁਖੀ ਹੁੰਦਾ ਹੈ ਸੋ ਬਾਬਰ ਬਾਦਸ਼ਾਹ ਨੇ ਦੌਲਤ ਖਾਨ ਦੀ ਗੱਲ ਪੂਰੀ ਧਿਆਨ ਨਾਲ ਨਹੀਂ ਸੁਣੀ ਤੇ ਕਹਿਣ ਲੱਗਾ ਮੈਂ ਇੰਦ ਪੀਰ ਤੋਂ ਕੀ ਲੈਣਾ ਮੈਂ ਤੇ ਮੁਹੰਮਦ ਸਾਹਿਬ ਤੋਂ ਰਾਜ ਲਵਾਂਗਾ ਜਦੋਂ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਕਹਿੰਦਾ ਜੀ ਰਾਜ ਦਿਓ ਮੈਨੂੰ ਮਹਾਰਾਜ ਕਹਿੰਦੇ ਸਾਡੇ ਕੋਲ ਕਿੱਥੇ ਰਾਜ ਸੀ ਤਾਂ ਫਕੀਰ ਆ ਰਾਜ ਆਪਣੇ ਪੈਗੰਬਰ ਕੋਲੋਂ ਲੈ ਮੁਹੰਮਦ ਸਾਹਿਬ ਕੋਲੋਂ ਕਹਦਾ ਉਹਨਾਂ ਕੋਲ ਕਿਵੇਂ ਜਾਵਾਂ ਉਹਨਾਂ ਕੋਲ ਮੇਰੀ ਪਹੁੰਚ ਨਹੀਂ ਮੁਹੰਮਦ ਸਾਹਿਬ ਨੂੰ ਤਾਂ ਹਜ਼ਾਰ ਸਾਲ ਹੋ ਚੁੱਕੇ ਐ ਮੁਹੰਮਦ ਸਾਹਿਬ ਤੋਂ ਲਗਭਗ ਪੂਰਾ ਹਜ਼ਾਰ ਬਰਾ ਬਾਅਦ ਬਾਬਰ ਦਾ ਜਨਮ ਹੋਇਆ 1000 ਸਾਲ ਪਹਿਲਾਂ 5ਵੀਂ ਸਦੀ ਚ 6ਵੀਂ ਸਦੀ ਚ ਹੋਇਆ ਮੁਹੰਮਦ ਸਾਹਿਬ ਤੇ ਬਾਬਰ ਹੋਇਆ 15ਵੀਂ ਸਦੀ ਵਿੱਚ ਕਿੰਨਾ ਫਰਕ ਹੈ ਸੋ ਕਹਿੰਦੇ ਭਈ ਉਹਨਾਂ ਤੱਕ ਮੈਂ ਪਹੁੰਚ ਨਹੀਂ ਸਕਦਾ ਮਹਾਰਾਜ ਕਹਿੰਦੇ ਪਹਹਾਸ ਹੀ ਦਿੰਨੇ ਆ ਗੱਲ ਤੂੰ ਕਰ ਲੈ ਕਹਿੰਦਾ ਜੇ ਪਹਹਾਸ ਦਿਓ ਤੇ ਬੜੀ ਖੁਸ਼ੀ ਦੀ ਗੱਲ ਹੈ ਨਾਲੇ ਮੈਂ ਆਪਣੇ ਪੈਗੰਬਰ ਨੂੰ ਦੇਖ ਲਵਾਂਗਾ ਨਾਲੇ ਉਹਨਾਂ ਤੋਂ ਰਾਜ ਮੰਗ ਲਵਾਂਗਾ ਸੋ ਬਾਬਰ ਬਾਦਸ਼ਾਹ ਜਦੋਂ ਸਤਗੁਰਾਂ ਨੂੰ ਐਸੀ ਬੇਨਤੀ ਕੀਤੀ ਮਹਾਰਾਜ ਕਹਿੰਦੇ ਆ ਸਾਡਾ ਛੋਟਾ ਫੜ ਲੈ ਹੱਥ ਵਿੱਚ ਤੇ ਧਿਆਨ ਲਾ ਦੇ ਤੈਨੂੰ ਉੱਥੇ ਲੈ ਜਾਏਗਾ ਇਹ ਸਾਡਾ ਛੋਟਾ ਆਸਾ ਬਾਈ ਗੁਰਦਾਸ ਜੀ ਨੇ ਲਿਖਿਆ ਨਾ ਮਹਾਰਾਜ ਇੱਕ ਸੋਟਾ ਹੱਥ 'ਚ ਰੱਖਦੇ ਸਨ ਆਸਾ ਹੱਥ ਕਿਤਾਬ ਕਛ ਪੂਜਾ ਬਾਗ ਮਸੱਲਾ ਤਹਾਰੀ ਇਹ ਸਤਿਗੁਰਾਂ ਦਾ ਜਦੋਂ ਮੱਕੇ ਗਏ ਉਦੋਂ ਵੀ ਇਹੀ ਸਰੂਪ ਸੀਗਾ ਹੱਥ ਵਾਲਾ ਸੋਟਾ ਦੇਖ ਕੇ ਕਹਿੰਦੇ ਆ ਲੈ ਫੜ ਬਾਬਰ ਨੇ ਧਿਆਨ ਲਾਇਆ ਤੇ ਪਹੁੰਚ ਗਿਆ ਅਕਾਲ ਪੁਰਖ ਦੇ ਦਰਬਾਰ ਵਿੱਚ ਉਹ ਕਥਾ ਭਾਈ ਤਾਰੂ ਸਿੰਘ ਜੀ ਸ਼ਹੀਦ ਨੇ ਪਿੰਡ ਪੜਹਾਣੇ ਦੀ ਪੁਲਿਸ ਚੌਕੀ ਜ ਸਿੰਘਾਂ ਨੂੰ ਸੁਣਾਈ ਹੈ ਜਿਹੜੇ ਭਾਈ ਸਾਹਿਬ ਦੀ ਮੁਲਾਕਾਤ ਕਰਨ ਆਏ ਸੀ ਪੜਾਣੇ ਪਿੰਡ ਦੇ ਸਿੰਘ ਉਹ ਕਹਿੰਦੇ ਸੀ ਤੁਹਾਨੂੰ ਛਡਾ ਲਈਏ ਭਾਈ ਸਾਹਿਬ ਕਹਿੰਦੇ ਸੀ ਛੁੱਟਣਾ ਨਹੀਂ ਸ਼ਹੀਦੀ ਪਾਉਣ ਵਾਸਤੇ ਤੁਰੇ ਆਂ ਅਸੀਂ ਸ਼ਹੀਦੀ ਹੀ ਪਾਣੀ ਹੈ ਸੋ ਉਹ ਕਥਾ ਚੱਲ ਰਹੀ ਹੈ ਭਾਈ ਤਾਰੂ ਸਿੰਘ ਰਾਂਧੀ ਵਿੱਚ ਉਹਨਾਂ ਨੇ ਇਹ ਕਥਾ ਛੇੜ ਦਿੱਤੀ ਹੈ ਇਸ ਕਥਾ ਤੋਂ ਇਹ ਸਾਬਤ ਹੋਏਗਾ ਵੀ ਮੁਗਲਾਂ ਨੇ ਖਾਲਸੇ ਨੂੰ ਰਾਜ ਨਹੀਂ ਦਿੱਤਾ ਬਲਕਿ ਸਤਗੁਰਾਂ ਨੇ ਮੁਗਲਾਂ ਨੂੰ ਰਾਜ ਦਿੱਤਾ ਸੀ ਇਹ ਸਿੱਧ ਕਰ ਰਹੇ ਭਾਈ ਰਤਨ ਸਿੰਘ ਇਸ ਪ੍ਰਸੰਗ ਦੁਆਰਾ ਆਓ ਪਿਆਰ ਨਾਲ ਸਰਵਣ ਕਰੀਏ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਹਾਂਜੀ ਕੁਰਨਿਸ਼ ਬਾਬਰ ਕਰੀ ਉਠਿਓ ਬੜੋ ਚੰਪੋ ਜਾਣ ਬਾਬਰ ਨੇ ਕੁਰਨਿਸ਼ ਕੀਤੀ ਸਜਦਾ ਕੀਤਾ ਤੇ ਉਠਿਆ ਬੜਾ ਹੈਰਾਨ ਵੀ ਸੀ ਵੀ ਅੱਜ ਮੈਨੂੰ ਪੈਗੰਬਰ ਕੋਲ ਪਹੁੰਚਣ ਲੱਗਿਆ ਮੇਰਾ ਉਹ ਪੈਗੰਬਰ ਮੁਹੰਮਦ ਸਾਹਿਬ ਦੇ ਕੋਲ ਜਾਣਾ ਹੋਵੇਗਾ ਮੈਂ ਉਹਨਾਂ ਦੇ ਦਰਸ਼ਨ ਕਰਾਂਗਾ ਹਾਂਜੀ 사ਤਗੁਰ ਆ ਕੀ ਸੋ ਕਰੀ ਲੈ ਆਸੋ ਕੀ ਓ ਪਿਆਲ ਜੋ ਬਚਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਕਹੇ ਸਾਨ ਬਾਬਰ ਨੇ ਉਸੇ ਤਰ੍ਹਾਂ ਸੋਟਾ ਲੈ ਕੇ ਮਹਾਰਾਜ ਦਾ ਤੇ ਧਿਆਨ ਧਰਿਆ ਤੇ ਪਹੁੰਚ ਗਿਆ ਜਾਏ ਬਾਬਰ ਨੇ ਸੋਈ ਕਰੀ ਬਾਬਰ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਗੁਰੂ ਨਾਨਕ ਸਾਹਿਬ ਨੇ ᔪਗਤੀ ਦੱਸੀ ਸੀ ਲੈ ਆਸਾ ਉਡਿਓ ਉਸ ਹੀ ਕਰੀ ਜਦੋਂ 사ਤਗੁਰਾਂ ਦਾ ਸੋਟਾ ਹੱਥ ਵਿੱਚ ਪਕੜਿਆ ਤੇ ਉਹਦੀ ਸੂਰਤ ਜਿਹੜੀ ਹੈ ਉੱਪਰ ਨੂੰ ਉੱਡੀ ਉਡਾਰੀ ਮਾਰੀ ਬਾਬਰ ਨੇ ਲੈ ਪਹੁੰਚਿਓ ਸਤਵੇਂ ਆਕਾਸ਼ ਮੁਸਲਮਾਨਾਂ ਦੇ ਧਰਮ ਵਿੱਚ ਖੁਦਾ ਦਾ ਘਰ ਸਤਵੇਂ ਅਸਮਾਨ ਤੇ ਮੰਨਿਆ ਜਾਂਦਾ ਉਹ ਕਹਿੰਦੇ ਖੁਦਾ ਸਤਵੇਂ ਅਸਮਾਨ ਤੇ ਰਹਿੰਦਾ ਜਿੱਥੇ ਕਿਸੇ ਦਾ ਨਿਸ਼ਚੈ ਹੋਵੇ ਸੁਰਤੀ ਉੱਥੇ ਹੀ ਜਾਂਦੀ ਹੈ ਆਖੋ ਸ੍ਰੀ ਵਾਹਿਗੁਰੂ ਨਿਸ਼ਚੇ ਤੋਂ ਅੱਗੇ ਕੋਈ ਬੰਦਾ ਜਾ ਨਹੀਂ ਸਕਦਾ ਜਿੰਨੀ ਕਿਸੇ ਦੀ ਨਿਸ਼ਚੇ ਦੀ ਬਿਰਤੀ ਹੈ ਹੁਣ ਤੁਸੀਂ ਕਿਸੇ ਤਰ੍ਹਾਂ ਵੀ ਮੰਨ ਲਓ ਉੱਥੇ ਤੱਕ ਤੁਹਾਡੀ ਸੁਰਤ ਨੇ ਜਾਣਾ ਜਿੱਥੇ ਤੁਹਾਡੀ ਸੁਰਤ ਤੁਹਾਡਾ ਮਨ ਨਹੀਂ ਮੰਨਦਾ ਉੱਥੇ ਸੁਰਤ ਵੀ ਨਹੀਂ ਜਾਂਦੀ ਸੋ ਸਤਵੇਂ ਅਸਮਾਨ ਤੇ ਖੁਦਾ ਦਾ ਦਰਬਾਰ ਉੱਥੇ ਪਹੁੰਚ ਗਿਆ ਜੈ ਪਹੁੰਚਿਓ ਵੈ ਦਰਗਹਿ ਖਾਸ ਅਕਾਲ ਪੁਰਖ ਦੇ ਦਰਬਾਰ ਦੇ ਵਿੱਚ ਦਰਗਾਹ ਦੇ ਵਿੱਚ ਪਹੁੰਚ ਗਿਆ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥਾ ਤਾ ਅੰਤ ਨਾ ਅੰਤ ਉਹ ਸੱਚੇ ਦਰਬਾਰ ਵਿੱਚ ਜਿੱਥੇ ਬੇਗਮਪੁਰਾ ਹੈ ਉਥੇ ਜਾ ਪਹੁੰਚਿਆ ਧਰਗੇ ਰਹੇ ਕੁੰਡੇ ਅੜਾਏ ਅਗੇ ਸਾਧ ਸੰਗਤ ਦੀ ਭਾਈ ਸਾਹਿਬ ਰਤਨ ਸਿੰਘ ਜੀ ਲਿਖ ਰਹੇ ਆ ਭਾਈ ਤਾਰੂ ਸਿੰਘ ਜੀ ਦੱਸਦੇ ਆ ਕਹਿੰਦੇ ਅਗੇ ਮੁਹੰਮਦ ਸਾਹਿਬ ਵਾਸਤੇ ਦਰਬਾਰ ਦੇ ਦਰਵਾਜ਼ੇ ਬੰਦ ਹੁੰਦੇ ਸਨ ਜੋ ਨਾ ਖੁੱਲੇ ਪਿਕੰਬਰ ਜਾਏ ਪਰੰਬਰ ਵੀ ਬਾਹਰ ਹੀ ਖੜੇ ਸਨ ਜਿਤਦਰ ਲੱਖ ਮੁਹੰਮਦਾਂ ਲੱਖ ਬ੍ਰਹਮੇ ਵਿਸ਼ਨ ਮਹੇਸ਼ ਜਿਸ ਦਰਬਾਰ ਦੇ ਵਿੱਚ ਲੱਖਾਂ ਬ੍ਰਹਮ ਬ੍ਰਹਮਾ ਲੱਖਾਂ ਵਿਸ਼ਨੂ ਖੜੇ ਹਨ ਕੇਤੇ ਇੰਦ ਚੰਦ ਸੂਰ ਕਹਤੇ ਕੇਤੇ ਮੰਡਲ ਦੇਸ ਕਹਤੇ ਸਿੱਧ ਬੁੱਧਨਾਥ ਕਹਤੇ ਕੇਤੇ ਦੇਵੀ ਵੇਸ ਕਹਤੇ ਦੇਵ ਦਾਨਵ ਮਨ ਕਹਤੇ ਕੀਤੇ ਰਤਨ ਸਮੁੰਦਰ ਕੀਤਿਆ ਖਾਣੀ ਕੀਤਿਆ ਬਾਣੀ ਕੀਤੇ ਪਾਤ ਨਰਿੰਦ ਕੀਤਿਆ ਸੁਰਤੀ ਸੇਵਕ ਅਤੇ ਨਾਨਕ ਅੰਤ ਨਾ ਅੰਤ ਜਿਸ ਦਰਬਾਰ ਦੀ ਬੇਅੰਤ ਮਹਿਮਾ ਹੈ ਉਹਦੇ ਵਿੱਚ ਮੁਹੰਮਦ ਸਾਹਿਬ ਵੀ ਬਾਹਰ ਹੀ ਖੜੇ ਰਹਿੰਦੇ ਸਨ ਸਤਨਾਮ ਜਪ ਬਾਬਰ ਪੁਕਾਰੇ ਜਦੋਂ ਜਾ ਕੇ ਮਹਾਰੇ ਨੇ ਆਖਿਆ ਸੀ ਸਤਨਾਮ ਦਾ ਆਵਾਜ਼ਾ ਦਹੀਂ ਸੱਚਖੰਡ ਦਾ ਦਰਵਾਜ਼ਾ ਖੁੱਲੇਗਾ ਜਿਵੇਂ ਕੋਡ ਵਰਲਡ ਹੁੰਦੇ ਆ ਨਾ ਬੋਲਣ ਦੇ ਨਾਲ ਹੀ ਕਈ ਦਰਵਾਜ਼ੇ ਖੁੱਲ ਜਾਂਦੇ ਆ ਅੱਜ ਕੱਲ ਦਾ ਸਾਇੰਸ ਨੇ ਵੀ ਸਿੱਧ ਕਰਤਾ ਪਹਿਲੇ ਜ਼ਮਾਨੇ 'ਚ ਗੁਪਤ ਵਿਦਿਆ ਹੁੰਦੀ ਸੀ ਤੇ ਇਹ ਦਾ ਅਕਾਲ ਪੁਰਖ ਦੇ ਦਰਬਾਰ ਦੀ ਖੇਡ ਹੈ ਮਹਾਰਾਜ ਨੇ ਆਖਿਆ ਸੀ ਸਤਨਾਮ ਆਖੀ ਦਰਵਾਜ਼ਾ ਖੁੱਲੇਗਾ ਬਾਬਰ ਨੇ ਜਦੋਂ ਬੂਹੇ ਤੇ ਜਾ ਕੇ ਸਤਨਾਮ ਦੀ ਆਵਾਜ਼ ਦਿੱਤੀ ਤੁਰਤ ਫੁਰਤ ਹੀ ਖੁੱਲੇ ਕਿਵਾਰੇ ਸਤਨਾਮ ਦੀ ਆਵਾਜ਼ ਸੁਣਦਿਆਂ ਅਕਾਲ ਪੁਰਖ ਦੇ ਦਰਬਾਰ ਦੇ ਦਰਵਾਜ਼ੇ ਖੁੱਲ ਗਏ ਇਸੇ ਕਰਕੇ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਤਨਾਮ ਦੇ ਲੜ ਲਾਇਆ ਹੈ ਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਵਾਹਿਗੁਰੂ ਕਹਿਣ ਨਾਲ ਦਰਗਾਹ ਦੇ ਦਰਵਾਜ਼ੇ ਖੁੱਲਦੇ ਹਾਂਜੀ ਤਾਹ ਨਾਨਕੋ ਝੰਡਾ ਝੁਲੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਅਕਾਲ ਪੁਰਖ ਦੇ ਦਰਬਾਰ ਵਿੱਚ ਗੁਰੂ ਨਾਨਕ ਸਾਹਿਬ ਦੇ ਨਿਸ਼ਾਨ ਝੁਲਦੇ ਆ ਚੰਡੇ ਝੂਲ ਰਹੇ ਆ ਉਥੇ ਦਰਗਾਹ ਦੇ ਵਿੱਚ ਪੜੇ ਬਾਣੀਆਂ ਪੋਥੀਆਂ ਖੁੱਲੈ ਉਥੇ ਕੀਰਤਨ ਹੋ ਰਿਹਾ ਦਰਬਾਰ ਦੇ ਵਿੱਚ ਬਾਣੀਆਂ ਪੜੀਆਂ ਜਾ ਰਹੀਆਂ ਨੇ ਪੋਥੀਆਂ ਖੁੱਲੀਆਂ ਹੋਈਆਂ ਨੇ ਪੋਥੀਆਂ ਦੇ ਪਾਠ ਹੋ ਰਹੇ ਨੇ ਗ੍ਰੰਥ ਸਾਹਿਬ ਜੀ ਦੇ ਰਬਾਬ বাজਾਵੇਂ ਗਾਵੇਂ ਰਾਗ ਉਹ ਦਰਗਾਹ ਦੀ ਖੇਡ ਹੈ ਸੱਚਖੰਡ ਦੀ ਜਿਹੜਾ ਇਹ ਨਜ਼ਾਰਾ ਸਾਧ ਸੰਗਤ ਜੀ ਆਪਾਂ ਦੇਖ ਰਹੇ ਆ ਨਾ ਇਹ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਰਿਹਾ ਚੰਦੋਏ ਲੱਗਿਆ ਬਾਹਰ ਨਿਸ਼ਾਨ ਸਾਹਿਬ ਥੱਲੇ ਲੰਗਰ ਚੱਲ ਰਿਹਾ ਨਾ ਇਥੋਂ ਦਾ ਨਜ਼ਾਰਾ ਨਹੀਂ ਹੈ ਇਹ ਇਹ ਅਕਾਲ ਪੁਰਖ ਦੇ ਸੱਚਖੰਡ ਦਾ ਨਜ਼ਾਰਾ ਗੁਰੂ ਨਾਨਕ ਸਾਹਿਬ ਇੱਥੇ ਲਿਆ ਕੇ ਦਿੱਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਭਾਈ ਗੁਰਦਾਸ ਜੀ ਕਹਿੰਦੇ ਆ ਸਾਧ ਸੰਗਤ ਸੱਚਖੰਡ ਵਸਾਇਆ ਗੁਰੂ ਨਾਨਕ ਸਾਹਿਬ ਨੇ ਸਾਧ ਸੰਗਤ ਦਾ ਸੱਚਖੰਡ ਇੱਥੇ ਧਰਤੀ ਤੇ ਪ੍ਰਗਟ ਕੀਤਾ ਜੋ ਉੱਪਰ ਨਜ਼ਾਰਾ ਹੈ ਉਹ ਇੱਥੇ ਪ੍ਰਗਟ ਕੀਤਾ ਇਹ ਭਾਈ ਰਤਨ ਸਿੰਘ ਜੀ ਜੋ ਲਿਖ ਰਹੇ ਆ ਨਾ ਇਹ ਐਵੇਂ ਨਹੀਂ ਲਿਖ ਰਹੇ ਉਹ ਕਹਿੰਦੇ ਜੋ ਸੱਚਖੰਡ ਦਾ ਵਰਤਾਰਾ ਹੈ ਉਹ ਇਦਾਂ ਦਾ ਹੀ ਐ ਉੱਥੇ ਵੀ ਗੁਰਬਾਣੀ ਪੜ੍ਹੀ ਜਾ ਰਹੀ ਐ ਉੱਥੇ ਵੀ ਰਬਾਬਾਂ ਤੇ ਮਿਰਦੰਗ ਤੇ ਵਾਜੇ ਵਜ ਰਹੇ ਨੇ ਭਗਤ ਭਜਨ ਕੋ ਰੰਗ ਰਿਓ ਲਾਗ ਸੂਖ ਮਹਿਲ ਜਾ ਕੇ ਊਚ ਦਵਾਰੇ ਪੰਚਮ ਪਾਸ਼ਾ ਦੇ ਬਚਨ ਹਨ ਸੂਹੀ ਮਹਿਲਾ ਪੰਜਵਾਂ ਸੂਖ ਮਹਿਲ ਜਾ ਕੇ ਊਚ ਦਵਾਰੇ ਤਾਂ ਮੈਂ ਵਸ ਹੈ ਭਗਤ ਪਿਆਰੇ ਉੱਥੇ ਭਗਤਾਂ ਦਾ ਸੱਚਖੰਡ ਚ ਵਾਸਾ ਹੈ ਤੇ ਅੱਥੇ ਪੈਰ ਕੀਰਤਨ ਬਾਣੀ ਦਾ ਜਾਪ ਹੁੰਦਾ ਉੱਥੇ ਦੇਜਾ ਬਾਬਰ ਦੇਖਿਓ ਝੰਡਾ ਨਾਨਕ ਸਾਹਿ ਜਦੋਂ ਦੋਖਿਆ ਸਤਖੰਡ ਵਿੱਚ ਤਾਂ ਗੁਰੂ ਨਾਨਕ ਸਾਹਿਬ ਦਾ ਝੰਡਾ ਝੂਲਦਾ ਹੈ ਉਥੇ ਗੁਰੂ ਨਾਨਕ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਝੂਲ ਰਿਹਾ ਹੈ ਸਰਮੋਖ ਝੂਲੇ ਦਰਗਹਿ ਕੇ ਵਿੱਚ ਸਚੋ ਸਾਹਿਬ ਆਹੇ ਦਰਗਾਹ ਦੇ ਸਤਖੰਡ ਦੇ ਦਰਬਾਰ ਦੇ ਵਿੱਚ ਜਿੱਥੇ ਪਰਮੇਸ਼ਰ ਦਾ ਵਾਸਾ ਹੈ ਉਥੇ ਗੁਰੂ ਨਾਨਕ ਸਾਹਿਬ ਜੀ ਦਾ ਨਿਸ਼ਾਨ ਝੂਲਦਾ ਦੇਖ ਕੇ ਬਾਬਰ ਹੈਰਾਨ ਹੋ ਗਿਆ ਕਹਿੰਦਾ ਇਮਾਦਾਂ ਸੋਚਦਾ ਸੀ ਵੀ ਉੱਥੇ ਮੁਹੰਮਦ ਸਾਹਿਬ ਦਾ ਝੰਡਾ ਝੂਲਦਾ ਹੋਣਾ ਪਰ ਉੱਥੇ ਤਾਂ ਗੁਰੂ ਨਾਨਕ ਸਾਹਿਬ ਦੇ ਝੰਡੇ ਝੂਲ ਰਹੇ ਹਨ 600 ਗੰਗਾ ਨੀਰ ਸਮ ਔਰ ਬਾਦਰ ਸਮ ਸੈਂਤ ਕਾਲ ਉਥੇ ਝੰਡੇ ਕਿਹੜੇ ਝੂਲ ਰਹੇ ਨੇ ਇੱਕ ਤਾਂ ਚਿੱਟਾ ਝੰਡਾ ਝੂਲਦਾ ਹੈ ਹੁਣ ਸਾਧ ਸੰਗਤ ਦੀ ਕਈ ਗੱਲਾਂ ਐਸੀਆਂ ਜਿਹੜੀਆਂ ਅੱਜ ਕੱਲ ਪੰਥ ਵਿੱਚ ਪ੍ਰਚਲਿਤ ਨਹੀਂ ਰਹੀਆਂ ਬਦਲ ਬਦਲ ਕੇ ਸਾਰਾ ਕੁਝ ਬਦਲਿਆ ਗਿਆ ਪਰਾਤਨ ਗਰੰਥਾਂ ਜਿ ਸਿੰਘਾਂ ਦੇ ਤਿੰਨ ਨਿਸ਼ਾਨ ਝੂਲਿਆ ਕਰਦੇ ਸੀਗੇ ਇੱਕ ਚਿੱਟਾ ਰੰਗ ਹੁੰਦਾ ਸੀ ਹੁਣ ਕਿਥੇ ਕਿਥੇ ਹੈ ਸ੍ਰੀ ਹਜੂਰ ਸਾਹਿਬ ਇਹ ਗੁਰਦੁਆਰਾ ਹੈ ਉੱਥੇ ਸ਼ਹੀਦ ਸਿੰਘਾਂ ਦਾ ਗੁਰਦੁਆਰਾ ਬਿਲਕੁਲ ਤਖਤ ਦੇ ਬੈਕਸਾਈਡ ਉੱਥੇ ਅਜੇ ਵੀ ਚਿੱਟਾ ਨਿਸ਼ਾਨ ਸਾਹਿਬ ਹੈ ਗੰਗਾ ਸਾਹਮਣੇ ਚਿੱਟਾ ਦੁੱਧ ਵਰਗਾ ਨਿਸ਼ਾਨ ਦੂਸਰਾ ਨੀਲਾ ਨਿਸ਼ਾਨ ਸਾਹਿਬ ਜਿਹੜਾ ਹੈ ਉਹ ਜਿਵੇਂ ਬੱਦਲ ਨੀਲੇ ਹੁੰਦੇ ਆ ਨਾ ਅਸਮਾਨ ਨੀਲਾ ਹੁੰਦਾ ਇਹਦਾ ਦਾ ਨਿਸ਼ਾਨ ਸਾਹਿਬ ਉੱਥੇ ਇੱਕ ਝੂਲਦਾ ਹੈ ਕੇਸਰੀ ਪਾਟ ਕੋ ਸੰਗ ਹਿਲੈ ਬਿਜਲੀ ਜੈਸੇ ਖਿਆਲ ਤੀਸਰਾ ਨਿਸ਼ਾਨ ਸਾਹਿਬ ਕੇਸਰੀ ਰੰਗ ਦਾ ਉੱਥੇ ਝੂਲਦਾ ਹੈ ਜਿਵੇਂ ਕੇਸਰੀ ਕੇਸਰ ਦਾ ਰੰਗ ਹੁੰਦਾ ਨਾ ਇਦਾਂ ਬਿਜਲੀ ਵਰਗੀ ਉਹਦੀ ਲਿਸ਼ਕ ਪੈਂਦੀ ਆ ਚਮਕ ਮਾਰਦੀ ਸੁਨਹਿਰੀ ਰੰਗਾ ਕਿਉਂਕਿ ਕੇਸਰੀ ਤੇ ਸੁਨਹਿਰੀ ਦੀ ਚਮਕ ਇੱਕੋ ਜੀ ਪੀਲੇ ਰੰਗ ਦੀ ਤੇ ਨੀਲੇ ਦੀ ਅਸਮਾਨੀ ਭਾ ਮਾਰਦਾ ਤੇ ਜਿਹੜਾ ਚਿੱਟਾ ਉਹ ਗੰਗਾ ਦੀ ਧਾਰ ਵਰਗਾ ਦੁੱਧ ਵਰਗਾ ਚਿੱਟਾ ਭਾ ਮਾਰਦਾ ਏ ਇਹ ਤਾਂ ਮਹਾਰਾਜ ਦੇ ਦਰਬਾਰ ਤੇ ਝੰਡੇ ਝੂਲ ਰਹੇ ਹਨ ਅਕਾਲ ਪੁਰਖ ਦੇ ਦਰਬਾਰ ਵਿੱਚ ਸਤਗੁਰ ਕੀ ਧਰਮਸ਼ਾਲ ਦਿਖਾਈ ਗੁਰੂ ਦੀ ਧਰਮਸ਼ਾਲਾ ਹੈ ਅੱਜ ਕੱਲ ਆਪਾਂ ਗੁਰਦੁਆਰਾ ਕਹਿੰਦੇ ਆ ਪਹਿਲਾਂ ਧਰਮਸ਼ਾਲ ਕਹਿੰਦੇ ਸੀ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਧਰਮਸ਼ਾਲ ਕਰ ਬਹੀਂ ਦਾ ਧਰਮਸ਼ਾਲ ਗੁਰਦੁਆਰੇ ਨੂੰ ਕਹਿੰਦੇ ਸੀ ਉਥੇ ਸੱਜ ਖਾਨ ਗੁਰੂ ਨਾਨਕ ਸਾਹਿਬ ਦੀ ਧਰਮ ਸਾਲ ਹੈ ਸੰਤ ਸਾਧ ਬਹਿ ਡੇਰਾ ਲਾਈ ਉਥੇ بڑے بڑے ਬ੍ਰਹਮ ਗਿਆਨੀ ਮਹਾਪੁਰਸ਼ ਸਾਧੂ ਸੰਤ ਜਪੀ ਤਪੀ ਬੈਠੇ ਹਨ ਕਈ ਸ਼ਾਹੇ ਕਈ ਬੇਪਰਵਾਹੇ ਉਥੇ ਕਈ ਵੱਡੇ ਵੱਡੇ ਬਾਦਸ਼ਾਹ ਵੀ ਬੈਠੇ ਹਨ ਤੇ ਬڑے بڑے ਵੱਡੇ ਫਕੀਰ ਵੀ ਬੈਠੇ ਹਨ ਕਈ ਬਾਦਸ਼ਾਹ ਹਨ ਜਰਾਜੇ ਜਨਕ ਵਰਗੇ ਬੰਦਗੀ ਕਰਕੇ ਜਿਨ੍ਹਾਂ ਨੇ ਉੱਥੇ ਪਦਵੀ ਪ੍ਰਾਪਤ ਕੀਤੀ ਹੈ ਤੇ ਕਈ ਫਕੀਰ ਹਨ ਜਿਹੜੇ ਬੰਦਗੀ ਕਰਕੇ ਉੱਥੇ ਪਹੁੰਚੇ ਹੋਏ ਹਨ ਉਸ ਦਰਵਾਜ਼ੇ ਵਿੱਚ ਸਿਰਫ ਬੰਦਗੀ ਪ੍ਰਵਾਨ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਉੱਥੇ ਕਿਸੇ ਦੀ ਜਾਤ ਨਹੀਂ ਦੇਖੀ ਜਾਂਦੀ ਉੱਥੇ ਕਿਸੇ ਦਾ ਮਜਬ ਨਹੀਂ ਦੇਖਿਆ ਜਾਂਦਾ ਉੱਥੇ ਭਗਤੀ ਦੇਖੀ ਜਾਂਦੀ ਹੈ ਅੱਗੇ ਜਾਤ ਨਾ ਜ਼ੋਰ ਹੈ ਅੱਗੇ ਜੀਓ ਨਵੇਂ ਜਿਨਕੀ ਲੇਖਾ ਪਤ ਪਵਾ ਚੰਗੇ ਸਈ ਕੇ ਉਥੇ ਬڑے-ਬڑے ਮਹਾਪੁਰਸ਼ ਭਗਤ ਕਬੀਰ ਸਾਹਿਬ ਜੀ ਨਾਮਦੇਵ ਜੀ ਜੈਦੇਵ ਜੀ ਵਰਗੇ ਬੈਠੇ ਹਨ ਰਿੱਧ ਸਿੱਧ ਸਭ ਹਾਜ਼ਰ ਵਾਹੀ ਰਿੱਧੀਆਂ ਸਿੱਧੀਆਂ ਹੱਥ ਜੋੜ ਕੇ ਖੜੀਆਂ ਹਨ ਸੋਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕਹਤੇ ਤੇਰੇ ਭਾਵਨ ਹਾਰੇ ਐਸਾ ਤੇਰਾ ਸੋਹਣਾ ਦਰਬਾਰ ਹੈ ਮੇਰੇ ਵਾਹਿਗੁਰੂ ਹਾਂਜੀ ਕਾਲਪੰਮਦਾਰ ਔਰ ਹਰ ਚੰਦਨ ਪਾਰ ਜਾਤ ਸੰਤਾਨ ਉਥੇ ਕੈਸੇ ਕੈਸੇ ਰੁੱਖ ਨੇ ਉਸ ਬਾਗ ਦੇ ਵਿੱਚ ਜਿਹੜਾ ਅਕਾਲ ਪੁਰਖ ਦੇ ਦਰਬਾਰ ਦਾ ਬਗੀਚਾ ਹੈ ਕਹਿੰਦੇ ਉਥੇ ਕਲਬ ਬਿਰਸ਼ ਪਾਰ ਜਾਤ ਵਰਕੇ ਸੰਤਾਨ ਵਰਕੇ ਬਿਰਸ਼ ਹਨ ਜਿਨ੍ਹਾਂ ਨੂੰ 12 ਮਹੀਨੇ ਫਲ ਲੱਗਦੇ ਹਨ ਔਰ ਐਸੇ ਫਲ ਹਨ ਵੀ ਜਿਹੜੇ ਕਦੀ ਪੁਰਾਣੇ ਨਹੀਂ ਹੁੰਦੇ ਬਾਸੇ ਨਹੀਂ ਹੁੰਦੇ ਬਹਿੇ ਨਹੀਂ ਹੁੰਦੇ ਔਰ ਜਿਹੜੇ ਸਦਾ ਹੀ ਅੰਮ੍ਰਿਤ ਚੁੰਦਾ ਜਿਨ੍ਹਾਂ ਦੇ ਵਿੱਚੋਂ ਐਸਾ ਉਹ ਸਾਜ ਸੰਗਤ ਦੀ ਸੱਚਖੰਡ ਦਾ ਨਜ਼ਾਰਾ ਹੈ ਔਰ ਬ੍ਰਿਛ ਫੁੱਲੇ ਫਲੇ ਕਾਮ ਤੈਨ ਕਰ ਕਰਾਲ ਉਥੇ ਬੜੇ ਹੀ ਸੁੰਦਰ ਔਰ ਗੈਬੀ ਦਰਖਤ ਬ੍ਰਿਛ ਫੱਲੇ ਔਰ ਫੁੱਲੇ ਹਨ ਔਰ ਕਾਮ ਤੈਨ ਗਉ ਉਥੇ ਖੜੀ ਹੈ ਮਹਾਰਾਜ ਕਹਿੰਦੇ ਐ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਆ ਮੇਰੇ ਜੀੜੇ ਤਾਂ ਸਰਬ ਸੁਖ ਪਾਵ ਹੈ ਮੇਰੇ ਮਨਾ ਉਹ ਕਾਮ ਧੇਨ ਦੀ ਕੀ ਖੂਬੀ ਐ ਜਿਹੜਾ ਵੀ ਫਲ ਵੰਗੋ ਉਹੀ ਦੇ ਦਿੰਦੀ ਐ ਉਹ ਅਕਾਲ ਪੁਰਖ ਦੇ ਦਰਬਾਰ ਵਿੱਚ ਸਾਰੀਆਂ ਸ਼ਕਤੀਆਂ ਆਪੇ ਹੀ ਹੱਥ ਜੋੜ ਕੇ ਖੜੀਆਂ ਹਨ ਚਿੰਤਾ ਮਨ ਸੋ ਕੰਧ ਚ ਨਾਈ ਆ ਉਥੋਂ ਦੀਆਂ ਜਿਹੜੀਆਂ ਸੱਚਖੰਡ ਦੀਆਂ ਕੰਧਾਂ ਹਨ ਉਹ ਇੱਟਾਂ ਦੀਆਂ ਨਹੀਂ ਬਣੀਆਂ ਹੋਈਆਂ ਪਥਰਾਂ ਦੀਆਂ ਨਹੀਂ ਹਨ ਉਹ ਚਿੰਤਾ ਮਣੀ ਇੱਕ ਮਣੀ ਹੁੰਦੀ ਹੈ ਕਿ ਚਿੰਤਾ ਬਣੀ ਹੁੰਦੀ ਹੈ ਮਣੀ ਵੀ ਬਹੁਤ ਮੁਸ਼ਕਲ ਲੱਭਦੀ ਹੈ ਸੱਪ ਦੇ ਸਿਰ ਵਿੱਚ ਹੁੰਦੀ ਹੈ ਉਹ ਵੀ ਲੱਖਾਂ ਕਰੋੜਾਂ ਵਿੱਚੋਂ ਕੋਈ ਸੱਪ ਹੁੰਦਾ ਜਿਹਦੇ ਸਿਰ 'ਚ ਮਣੀ ਹੁੰਦੀ ਹੈ ਤੇ ਉਹ ਦਿੰਦਾ ਥੋੜਾ ਕਿਸੇ ਨੂੰ ਬੜੇ ਔਖੇ ਹੋ ਕੇ ਜੇ ਕੋਈ ਉਹ ਮਣੀ ਲੈ ਲਵੇ ਤੇ ਉਹ ਮਣੀ ਵਾਲਾ ਕਹਿੰਦੇ ਬੜਾ ਵੱਡਾ ਅਮੀਰ ਤੇ ਬੜਾ ਵੱਡਾ ਸੁਖੀ ਤੇ ਖੁਸ਼ੀ ਬੰਦਾ ਹੁੰਦਾ ਜੋ ਚਾਹੇ ਉਹਨੂੰ ਮਿਲ ਜਾਂਦਾ ਪਰ ਸਤਗੁਰੂ ਦੇ ਘਰ ਚਿੰਤਾ ਬਣੀ ਹੈ ਚਿੰਤਾ ਮਣੀ ਦਾ ਮਤਲਬ ਹੈ ਵੀ ਉਹ ਨਾਮ ਰੂਪੀ ਮਣੀ ਨਾਨਕ ਇਹ ਗੁਣ ਨਾਮ ਸੁਖ ਮਣੀ ਉਹ ਜਦੋਂ ਵੀ ਕੋਈ ਫੁਰਨਾ ਕਰੇ ਨਾ ਚਿੰਤਨ ਕਰੇ ਚਿੰਤਾ ਦਾ ਮਤਲਬ ਉਹ ਚਿੰਤਾ ਨਹੀਂ ਜਿਹੜੀ ਦੂਜੇ ਲੋਕ ਕਰਦੇ ਆ ਟੈਨਸ਼ਨ ਉਹ ਨਹੀਂ ਚਿੰਤਾ ਮੈਨੇ ਚਿੰਤਨ ਕਰਨਾ ਚਿੰਤਨ ਕਰੇ ਵੀ ਆ ਚੀਜ਼ ਚਾਹੀਦੀ ਏ ਤੇ ਉਹ ਫੁਰਨਾ ਉਸੇ ਵੇਲੇ ਪੂਰਾ ਹੋ ਜਾਂਦਾ ਉਹ ਕਦੇ ਨਾਲ ਹੁੰਦਾ ਸਾਧ ਸੰਗਤ ਜੀ ਨਾਮ ਜਪਣ ਵਾਲੇ ਦਾ ਫੁਰਨਾ ਆਪੇ ਹੀ ਪੂਰਾ ਹੁੰਦਾ ਮਾਨ ਜਿ ਫੁਰਨਾ ਕਰਦੇ ਭਗਤ ਜਨ ਜੋ ਜੋ ਚਿਤਵ ਹੈ ਸਾਧ ਜਨ ਸੋ ਲੇਤਾ ਮਾਨ ਵਾਹ ਗੁਰੂ ਝਟ ਕੋ ਫੁਰਨਾ ਪੂਰਾ ਕਰ ਦਿੰਦਾ ਹੈ ਫੁਰਨਾ ਹੋਵੇ ਤਾਂ ਸਹੀ ਨਾਮ ਜਪਣ ਵਾਲੇ ਨੂੰ ਹੁੰਦਾ ਹੀ ਨਹੀਂ ਉਹ ਜਿਹੜੀ ਚਿੰਤਾ ਮਣੀ ਦੇ ਨਾਲ ਕੰਧਾਂ ਜੜੀਆਂ ਹੋਈਆਂ ਸੱਚਖੰਡ ਦੀਆਂ ਚਿੰਤਾ ਮਣੀਆਂ ਲੱਗੀਆਂ ਇੱਟਾਂ ਦੀ ਥਾਂ ਤੇ ਉੱਥੇ ਹਾਂਜੀ ਸਵਰਨ ਸੁਗਾਂਦੀ ਸੰਗ ਲਪਾਈ ਆ ਸਵਰਨੇ ਸੋਨੇ ਦੀਆਂ ਕੰਧਾਂ ਹਨ ਚਿੰਤਾ ਮਣੀ ਦੀ ਈਟਾਂ ਹਨ ਮੋਤੀ ਜਿਹੜੇ ਹੋਏ ਹਨ ਅਕਾਲ ਪੁਰਖ ਦੇ ਦਰਬਾਰ ਦੀ ਸੋਭਾ ਮੇਰੇ ਲਾਲਨ ਕੀ ਸੋਭਾ ਸਦ ਨਵਤਨ ਸਾਦ ਰੰਗੀ ਸੋਭਾ ਐਸੀ ਸੋਹਣੀ ਸੋਭਾ ਹੈ ਮੇਰੇ ਵਾਹਿਗੁਰੂ ਪਰਮੇਸ਼ਰ ਦੀ ਸੁੰਦਰ ਸੋਭਾ ਲਾਲ ਗੋਪਾਲदयाल ਕੀ ਅਪਰੇ ਪਾਰ ਹੋ ਰਾਮ ਹਾਂਜੀ ਬਡੂ ਰੱਜ ਕੇ ਉਹਾਂ ਥੰਬ ਥੰਬਾਏ ਹਾਂ ਬਡੂਰਜ ਇੱਕ ਬਡੂਰਜ ਮਣੀ ਹੁੰਦੀ ਹੈ ਸਾਧ ਸੰਗਤ ਜੀ ਇਹ ਚੀਜ਼ਾਂ ਹੁਣ ਤਾਂ ਲੱਭਦੀਆਂ ਹੀ ਨਹੀਂ ਦੇਖਣ ਨੂੰ ਬਡੂਰ ਜਮਣੀਆਂ ਹੁੰਦੀਆਂ ਬਡੂਰ ਜਮਣੀਆਂ ਉਹ ਬਡੂਰ ਜਮਣੀਆਂ ਦੇ ਥੰਬੇ ਹਨ ਜਿਹੜੇ ਪਿੱਲਰ ਹੁੰਦੇ ਨਾ ਪਿੱਲਰ ਵੱਡੇ ਵੱਡੇ ਉਥੇ ਉਹ ਪਿੱਲਰ ਬਡੂਰ ਜਮਣੀਆਂ ਦੇ ਬਣੇ ਹੋਏ ਹਨ ਚੰਦਨ ਲੱਕੜੀ ਸਾਤ ਸ਼ਤਾਏ ਚੰਦਨ ਦੀ ਲੱਕੜੀ ਦੇ ਨਾਲ ਸ਼ਤੀਰੀਆਂ ਵਾਲੇ ਹਨ ਉਹ ਸੱਚਖੰਡ ਦੇ ਚੰਦਨ ਦੇ ਹਨ ਮੁੰਗੇ ਕੇ ਉਹਾ ਲਗੇ ਕਪਾਟ ਪਰ ਮੁੰਗਾ ਹੁੰਦਾ ਇੱਕ ਨੌ ਰਤਨਾ ਵਿੱਚੋਂ ਜਿਵੇਂ ਹੀਰਾ ਪੰਨਾ ਮੋਤੀ ਸਭਜਾ ਪੁਖਰਾਜ ਨੀਲਮ ਮੂੰਗਾ ਮੂੰਗੇ ਦੇ ਦਰਵਾਜੇ ਹਨ ਚਿੱਤਰਕਾਰੀ 파ਰਸ ਕੀ ਠਾਟ ਉਸ ਵਾਹਿਗੁਰੂ ਦੇ ਦਰਬਾਰ 파ਰਸ ਦੀ ਚਿੱਤਰਕਾਰੀ ਹੋਈ ਹੋਈ ਹੈ ਬਾਬਰ ਕੋ ਤਹ ਸੈਲ ਕਰਾਇਓ ਜਦੋਂ ਮਹਾਰਾਜ ਦਾ ਸੋਟਾ ਹੱਥ ਵੇਸੀ ਬਾਬਰ ਜਿੱਧਰ ਜਾਂਦਾ ਕੋਈ ਰੋਕਦਾ ਨਹੀਂ ਗੁਰੂ ਨਾਨਕ ਸਾਹਿਬ ਦੇ ਨਾਮ ਨੂੰ ਸਲਾਮਾਂ ਹਨ ਆਖੋ ਸ੍ਰੀ ਵਾਹਿਗੁਰੂ ਜਿੱਧਰ ਜਾਂਦਾ ਉਸ ਦਰਬਾਰ ਦੀ ਸੈਰ ਕਰਦਾ ਅੱਖਾਂ ਵਿੱਚ ਉੰਧੀਆਂ ਜਾਂਦੀਆਂ ਜਿਹੜੀ ਚੀਜ਼ ਦੇਖਦਾ ਹੈਰਾਨ ਹੋ ਜਾਂਦਾ ਕਹਿੰਦਾ ਕੈਸਾ ਏ ਸਤਖੰਡਾ ਹਰ ਚੀਜ਼ ਅਨੋਖੀ ਹੈ ਦਿਵਾਰਾਂ ਦੇਖਦਾ ਤੇ ਚਿੰਤਾ ਮਣੀਂਦੀਆਂ ਤੇ ਝੰਡੇ ਝੂਲਦੇ ਆ ਤੇ ਕਿਤੇ ਨਗਾਰੇ ਵੱਜਦੇ ਆ ਕਿਤੇ ਸੰਖ ਵੱਜਦੇ ਆ ਉਹ ਗੁਰੂ ਨਾਨਕ ਕਾਲਪੁਰਖ ਪਰਮੇਸ਼ਰ ਦਾ ਦਰਬਾਰ ਇੰਨਾ ਸੁੰਦਰ ਹੈ ਉਹਦੀ ਸੋਭਾ ਦੇਖ ਕੇ ਬਾਬਰ 당ਗ ਰਹਿ ਗਿਆ ਹਾਂਜੀ ਫਿਰ ਬਾਬਰ ਕੋ ਮੋੜ ਲੈ ਆਇਓ ਫਿਰ ਬਾਬਰ ਨੂੰ ਬਾਹਰ ਲਿਆਂਦਾ ਗਿਆ ਆ ਹੁਣ ਬਾਹਰ ਚੱਲ ਤੈਨੂੰ ਬਾਹਰ ਦਿਖਾਈਏ ਹਾਂਜੀ ਬਿਕੰਬਰ ਕੀ ਵੈ ਵਲ ਫਿਰ ਆਇਓ ਜਦੋਂ ਕਾਲਪੁਰਖ ਦੇ ਸੱਚਖੰਡ ਦੇ ਬਾਹਰ ਦਰਵਾਜੇ ਤੇ ਆਏ ਉਥੇ ਬਹੁਤ ਸਾਰੇ ਦੇਵੀ ਦੇਵਤਿਆਂ ਦੇ ਵੱਖਰੇ ਵੱਖਰੇ ਭਾਵਨ ਸਨ ਮਹਾਪੁਰਸ਼ਾਂ ਦੇ ਸਥਾਨ ਸਨ ਉਹਨਾਂ ਵਿੱਚੋਂ ਹਜ਼ਰਤ ਮੁਹੰਮਦ ਸਾਹਿਬ ਜੀ ਦਾ ਵੀ ਇੱਕ ਟਿਕਾਣਾ ਸੀ ਉਥੇ ਲੈ ਆਏ ਦੇਤ ਬਾਗ ਤੇ ਮੁੱਲਾ ਦਿਖਾਇਓ ਉਥੇ ਦਾ ਕੀ ਨਜ਼ਾਰਾ ਸੀ ਉਥੇ ਇੱਕ ਮੌਲਵੀ ਬਾਗ ਪਲੇ ਰਿਹਾ ਸੀ ਉੱਚੀ ਉੱਚੀ ਬਾਗ ਦੇ ਕੇ ਅਜਾਨ ਦੇ ਕੇ ਅੱਲਾਹੁ ਅਕਬਰ ਦੀ ਆਵਾਜ਼ ਦੇ ਰਿਹਾ ਸੀ ਪੈਗੰਬਰ ਝੰਡਾ ਉਸੇ ਦਿਖਾਇਓ ਉਥੇ ਪੈਗੰਬਰ ਦਾ ਝੰਡਾ ਸੀਗਾ ਮਸਜਿਦ ਦੇ ਉੱਤੇ ਹਾਂਜੀ ਰੰਗਿਓ ਨੀਲ ਸੋ ਬਹੁ ਦਿਨ ਹਾਇਓ ਉਥੇ ਉਹਨਾਂ ਦਾ ਜਿਹੜਾ ਰੰਗ ਸੀਗਾ ਹੈਦਰੀ ਰੰਗ ਜਿਹਨੂੰ ਕਹਿੰਦੇ ਆ ਉਹਦੇ ਨਾਲ ਉਹ ਝੰਡਾ ਬਾਬਰ ਨੇ ਦੇਖਿਆ ਤਹਾਂ ਪੈਗੰਬਰ ਹੁਤੀ ਮਸੀਤ ਉਥੇ ਪੈਗੰਬਰ ਦੀ ਮਸੀਤ ਸੀਗੀ ਉਹਨੇ ਸਵਾਰੀ ਆਪਣੀ ਰੀਤ ਉਹਨੇ ਆਪਣੀ ਰੀਤੀ ਨਾਲ ਮਸੀਤ ਬਣਾਈ ਹੋਈ ਸੀ ਪੈਗੰਬਰ ਦਾ ਜੋ ਇਸਲਾਮੀ ਸ਼ਰਅ ਦਾ ਤਰੀਕਾ ਹੈ ਜੋ ਉਥੇ ਨਵਾਜ ਪੜਨੀ ਵਜੂ ਕਰਨਾ ਸਾਰਾ ਸਿਸਟਮ ਹੁੰਦਾ ਬਣਿਆ ਉਹ ਬਣਿਆ ਹੋਇਆ ਸੀ ਹਾਂਜੀ ਬਾਬਰ ਪਿਕੰਬਰ ਦੇਖਿਓ ਖੜੋ ਬਾਬਰ ਨੇ ਦੇਖਿਆ حضرت ਮੁਹੰਮਦ ਸਾਹਿਬ ਉਸ ਖੁਦਾ ਦੀ ਬੰਦਗੀ ਚ ਖੜੇ ਹਨ ਕਬੀ ਉਠੈ ਕਬੀ ਲਾਂਬੋ ਹਾਂ ਕਦੀ ਤੇ ਮੁਹੰਮਦ ਸਾਹਿਬ ਉੱਠ ਕੇ ਖਲੋ ਜਾਂਦੇ ਹਨ ਕਦੀ ਗੋਡਿਆਂ ਤੇ ਹੱਥ ਧਰ ਕੇ ਕੋਡੇ ਜੇ ਹੋ ਕੇ ਕੁਝ ਪੜਦੇ ਹਨ ਕਦੀ ਖੱਬੇ ਪਾਸੇ ਮੂੰਹ ਕਰਕੇ ਪੜਦੇ ਮੁਹੰਮਦ ਸਾਹਿਬ ਕਦੀ ਸੱਜੇ ਪਾਸੇ ਮੂੰਹ ਕਰਕੇ ਪੜਦੇ ਆ ਕਦੀ ਐਦਾਂ ਦੁਆ ਕਰਦੇ ਆ ਕਦੀ ਲੰਮੇ ਪੈ ਜਾਂਦੇ ਆ ਮੁਹੰਮਦ ਸਾਹਿਬ ਖੁਦਾ ਦੀ ਬੰਦਗੀ ਚ ਲੀਨ ਹਨ ਹਾਂਜੀ ਪੜੇ ਨਮਾਜ਼ ਤੈ ਆਪ ਰਸੂਲ ਖੁਦਾ ਖੁਦ ਹਜਰਤ ਮੁਹੰਮਦ ਸਾਹਿਬ ਰਸੂਲ ਪੈਗੰਬਰ ਅੱਲਾਹ ਦੇ ਦਰਬਾਰ ਵਿੱਚ ਨਮਾਜ਼ ਪੜ ਰਹੇ ਨੇ ਖਾਤਰ ਬੰਦਗੀ ਪੜਨ ਕਬੂਲ ਉਸ ਵਾਹਿਗੁਰੂ ਦੇ ਦਰ ਤੇ ਕਬੂਲ ਹੋਣ ਵਾਸਤੇ ਬੰਦਗੀ ਕਰ ਰਹੇ ਨੇ ਪਿੱਛੇ ਖੜੇ ਤੈਂ ਚਾਰੋ ਯਾਰ ਮੁਹੰਮਦ ਸਾਹਿਬ ਜੀ ਦੇ ਪਿੱਛੇ ਚਾਰ ਖਲੀਫੇ ਖੜੇ ਹਨ ਜਿਨ੍ਹਾਂ ਨੂੰ 4000 ਵੀ ਕਹਿੰਦੇ ਹਨ ਤਿੰਨ ਕੇ ਪਾਚੇ ਪੀਰ ਹਜ਼ਾਰ ਪੂਰਾ ਚਾਰਾਂ ਤੋਂ ਪਿੱਛੇ ਫਿਰ ਬੜੇ ਵੱਡੇ ਵੱਡੇ ਪੀਰ ਹਜ਼ਾਰਾਂ ਦੀ ਤਦਾਦ ਵਿੱਚ ਖੜੇ ਹਨ ਤੇ ਪਾਚੇ ਜਾ ਬਾਬਰ ਖੜਾਇਆ ਉਹਨਾਂ ਦੇ ਪਿੱਛੇ ਬਾਬਰ ਖਲੋ ਗਿਆ ਜਾ ਕੇ ਸਾਰਿਆਂ ਦੇ ਆਸਾ ਮਜਰੇ ਹਾਸੇ ਮਾਜਰਾ ਪੈਕੰਬਰ ਸੁਨਾਇਆ ਗੁਰੂ ਸਾਹਿਬ ਦੇ ਹੱਥ ਵਿੱਚ ਛੋਟਾ ਸੀਗਾ ਗੁਰੂ ਨਾਨਕ ਸਾਹਿਬ ਦਾ ਛੋਟਾ ਜਿਹੜਾ ਉਹ ਬਾਬਰ ਦੇ ਕੋਲ ਸੀ ਉਹਦੇ ਕਰਕੇ ਮੁਹੰਮਦ ਸਾਹਿਬ ਨੂੰ ਖਬਰ ਹੋ ਗਈ ਵੀ ਕੋਈ ਵੱਡੀ ਸ਼ਕਤੀ ਕੋਈ ਮਹਾਪੁਰਸ਼ ਨੇ ਭੇਜਿਆ ਹੋਇਆ ਬੰਦਾ ਆਇਆ ਹੈ ਪੈਕੰਬਰ ਲੀਨੋ ਬਾਬਰ ਬੁਲਾਏ ਛੋਟਾ ਵੇਖ ਕੇ ਗੁਰੂ ਨਾਨਕ ਸਾਹਿਬ ਦਾ ਪੈਗੰਬਰ ਨੇ ਹਜ਼ਰਤ ਮੁਹੰਮਦ ਸਾਹਿਬ ਨੇ ਆਖਿਆ ਤੂੰ ਅੱਗੇ ਆ ਜਾ ਬਾਬਰ ਨੂੰ ਅੱਗੇ ਬੁਲਾ ਲਿਆ ਕਿਸ ਖਾਤਰ ਆਇਓ ਮੋਹ ਪਾਹੀ ਬਾਬਰ ਤੁਹਾਨੂੰ ਕੌਣ ਹੈ ਕਿਸ ਕੰਮ ਲਈ ਮੇਰੇ ਕੋਲ ਆਇਆ ਹਜ਼ਰਤ ਮੁਹੰਮਦ ਸਾਹਿਬ ਪੁੱਛਦੇ ਬਾਬਰ ਨੂੰ ਬਾਬਰ ਕਹੀ ਮੈਂ ਚਾਹੂੰ ਪਤਸ਼ਾਹੀ ਬਾਬਰ ਕਹਿਣ ਲਗਾ ਮੈਂ ਆਇਆ ਜੀ ਤੁਹਾਡੇ ਚਰਨਾਂ 'ਚ ਮੈਂ ਰਾਜ ਲੈਣ ਆਇਆ ਹਿੰਦੁਸਤਾਨ ਦੀ ਪਾਤਸ਼ਾਹੀ ਚਾਹੁੰਦਾ ਹਾਂ ਹਿੰਦ ਤਖਤ ਜੋ ਸੂਬੇ ਤਥਾਈ 22 ਸੂਬਿਆਂ ਦਾ ਜੋ ਹਿੰਦੁਸਤਾਨ ਦਾ ਮੁਲਕ ਹੈ ਵੱਡਾ ਦਿੱਲੀ ਦਾ ਤਖਤ ਹੈ ਉਹ ਮੈਨੂੰ ਦਵਾ ਦਿਓ ਕਿਰਪਾ ਕਰਕੇ ਤੁਰਤ ਪੇ ਕੰਬਰ ਦਿਓ ਜਬਾਬੇ ਸੁਣਦਿਆ ਸਾਰ ਮੁਹੰਮਦ ਸਾਹਿਬ ਨੇ ਸਿਰ ਫੇਰਦਾ ਕਹਿੰਦੇ ਨਹੀਂ ਇਹ ਨਹੀਂ ਹੋ ਸਕਦਾ ਹਿੰਦ ਪਾਤਸ਼ਾਹੀ ਨਹੀਂ ਹਮ ਤਾਬੇ ਉਹ ਕਹਿਣ ਲਗਾ ਹਿੰਦੁਸਤਾਨ ਦਾ ਰਾਜ ਮੇਰੇ ਤਾਬੇ ਨਹੀਂ ਹੈ ਹਿੰਦੁਸਤਾਨ ਦਾ ਮੈਂ ਮਾਲਕ ਨਹੀਂ ਹਾਂ ਮੇਰੇ ਅਧੀਨ ਨਹੀਂ ਹੈ ਹਿੰਦੁਸਤਾਨ ਦਾ ਰਾਜ ਹਿੰਦ ਪਦਸ਼ਾਹੀ ਨਾਨਕ ਕੇਰੀ ਜਦ ਉਸਦਾਨ ਦਾ ਰਾਜ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਅਧੀਨ ਹੈ ਕਰੀ ਨਿਆਸ ਫਿਰ ਤੂੰ ਮੇਰੀ ਆਜਵਾਜ਼ ਤੂੰ ਇਹ ਗੱਲ ਵੀ ਨਾ ਕਹੀਂ ਮੇਰੇ ਤੋਂ ਆਸ ਨਾ ਰੱਖੀ ਮੈਂ ਤੈਨੂੰ ਰਾਜ ਨਹੀਂ ਦੇ ਸਕਦਾ ਹਾਂਜੀ ਨਾਨਕ ਦੇ ਨਾ ਦੇ ਹਮ ਅਧੀਨ ਕਛ ਨਾ ਹੈ ਅਬ ਹਮ ਅਧੀਨ ਮੇਰੇ ਅਧੀਨ ਕੁਝ ਨਹੀਂ ਜੇ ਨਾਨਕ ਦੇ ਨਾ ਦੇ ਉਹਦੀ ਮਰਜ਼ੀ ਹੈ ਗੁਰੂ ਨਾਨਕ ਸਾਹਿਬ ਤੈਨੂੰ ਹਿੰਦੁਸਤਾਨ ਦਾ ਰਾਜ ਦੇ ਦੇਣਾ ਉਹਨਾਂ ਦੀ ਮਰਜ਼ੀ ਨਾ ਦੇਣ ਉਹਨਾਂ ਦੀ ਮਰਜ਼ੀ ਮੈਂ ਨਹੀਂ ਤੈਨੂੰ ਦੇ ਸਕਦਾ ਹਿੰਦੁਸਤਾਨ ਦਾ ਰਾਜ ਮੁਹੰਮਦ ਸਾਹਿਬ ਨੇ ਸਾਫ਼ ਜਵਾਬ ਦੇ ਦਿੱਤਾ ਹੋਸੀ ਤੇ ਫਿਰ ਲੈ ਜਿਸ ਵੀ ਤੇ ਰਿਜਾ ਰਿਜਾਏ ਕੈ ਉਹਦੇ ਕੋਲ ਜਾ ਜਿਸ ਨਾਨਕ ਦੇ ਕੋਲੋਂ ਤੂੰ ਆਇਆ ਹੈ ਉਹਦੇ ਕੋਲ ਹੀ ਚਲਾ ਜਾ ਉਹ ਪੀਰ ਨਾਨਕ ਵੱਡੇ ਹਨ ਉਹਨਾਂ ਦੀ ਸੇਵਾ ਕਰ ਉਹਨਾਂ ਦੀ ਮੁੱਠੀ ਚਾਪੀ ਕਰ ਉਹਨਾਂ ਦੇ ਚਰਨ ਘਟ ਉਹਨਾਂ ਨੂੰ ਖੁਸ਼ ਕਰ ਲੈ ਜੇ ਨਾਨਕ ਖੁਸ਼ ਹੋ ਗਿਆ ਹਿੰਦੁਸਤਾਨ ਦਾ ਰਾਜ ਦੇ ਦੇਵੇਗਾ ਹਾਂਜੀ ਜਿਸ ਕੈ ਆਸੇ ਸੰਗਤੋਂ ਆਇਓ ਜਿਹਦੇ ਆਸਰੇ ਨਾਲ ਜਿਹਦੇ ਹੁਕਮ ਨਾਲ ਜਿਹਦੇ ਹੱਥ ਛੋਟੇ ਨਾਲ ਦੋ ਇੱਥੇ ਪਹੁੰਚਿਆ ਹੈ ਲੈ ਪਤਸ਼ਾਹੀ ਉਸੇ ਰਜਾਇਓ ਉਹਨੂੰ ਰਜਾ ਕੇ ਪਾਤਸ਼ਾਹੀ ਲੈ ਲੈ ਉਹਦੀ ਸੇਵਾ ਕਰ ਲੈ ہند تخت ہم تابے نہیں ہندوستان میرے تابے نہیں ہے میں تینو کما بھی میں دے دیاں گا علاج جڑی چیز میرے کولا میں دے سکدا دے دیاں میرے کول ہے ہی نہیں میں دیاں کِتھوں کُراسان ہے हमरे پا ہی میرے کول خراسان ایران عراق تے عرب دا علاقہ سیگا او میں پہلا ہی دے چکا ہاں ਸੋ ਹਮਨੇ ਤਿਮਰ ਲੰਗੈ ਦਇਓ ਅਸੀਂ ਤਿਮਰ ਲੰਗ ਬਾਦਸ਼ਾਹ ਨੂੰ ਦੇ ਦਿੱਤਾ ਉਹ ਰਾਜ ਭਾਵ ਜਿਹੜੇ ਉਧਰ ਰਾਜ ਕਰ ਰਹੇ ਨੇ ਈਰਾਨ ਇਰਾਕ ਦਾ ਉਹਨਾਂ ਨੂੰ ਦੇ ਦਿੱਤਾ ਸਾਡੇ ਕੋਲ ਨਹੀਂ ਹੁਣ ਕੁਝ ਵੀ ਬਚਿਆ ਜਿਹੜਾ ਤੈਨੂੰ ਦੇ ਦਈਏ ਹੁਸੈ ਉਲਾਦ ਹੋਏ ਸੋ ਕਯੋ ਉਹ ਜਿਹੜਾ ਤਿਮਰ ਲੰਗ ਦਾ ਪਰਿਵਾਰ ਹੈ ਉਧਰ ਰਾਜ ਕਰ ਰਿਹਾ ਉਹਨਾਂ ਨੇ ਤੈਨੂੰ ਦੇਣਾ ਕੋਈ ਨਹੀਂ ਮੈਂ ਜੇ ਤੈਨੂੰ ਕਹਾਂ ਵੀ ਉਹਨਾਂ ਤੋਂ ਰਾਜ ਲੈ ਕੇ ਹੁਣ ਤੈਨੂੰ ਦੇ ਦਿਆਂ ਇਦਾਂ ਵੀ ਨਹੀਂ ਹੋ ਸਕਦਾ ਉਹ ਰਾਜ ਪਹਿਲਾਂ ਸਾਹਮਣੇ ਬੈਠੇ ਆ ਹਿੰਦੁਸਤਾਨ ਦਾ ਰਾਜ ਮੇਰੇ ਕੋਲ ਹੈ ਨਹੀਂ ਉਹ ਗੁਰੂ ਨਾਨਕ ਕੋਲ ਹੈ ਜੇ ਤੂੰ ਰਾਜ ਹਿੰਦੁਸਤਾਨ ਦਾ ਕਰਨਾ ਚਾਹੁੰਦਾ ਹੈ ਤੇ ਗੁਰੂ ਨਾਨਕ ਸਾਹਿਬ ਦੇ ਚਰਨ ਫੜ ਲੈ ਜਾ ਕੇ ਪਹੁੰਚ ਬਾਬ ਤਬ ਬਾਬਰ ਕਰੇ ਸੋ ਇਸ ਤਰ੍ਹਾਂ ਬਾਬਰ ਨੇ ਇੱਕ ਦੁਆਰੀ ਬੇਨਤੀ ਕੀਤੀ ਮੁਹੰਮਦ ਸਾਹਿਬ ਨੂੰ ਰਸੂਲ ਉਤਨੇ ਮੋੜ ਸੋਤਰੇ ਬਾਬਾ ਸਾਹਿਬ ਰੇ ਸਾਫ ਨਾ ਨਾ ਕਰ ਦਿੱਤਾ ਕਹਿੰਦੇ ਬਸ ਤੈਨੂੰ ਇੱਕ ਵਾਰੀ ਕਹਿ ਦਿੱਤਾ ਜਿਹੜੀ ਚੀਜ਼ ਬਿਲਕੁਲ ਨਹੀਂ ਮੇਰਾ ਟਾਈਮ ਨਾ ਖਰਾਬ ਕਰ ਮੈਂ ਬੰਦਗੀ ਕਰਨੀ ਹੈ ਤੂੰ ਜਾ ਪੀਰ ਨਾਨਕ ਕੋਲ ਜਾ ਉਹ ਜਾ ਕੇ ਉਹਨਾਂ ਨੂੰ ਬੇਨਤੀ ਕਰ ਰਾਜ ਦੇ ਦੇਣ ਨਾ ਦੇਣ ਉਹਨਾਂ ਦੀ ਮਰਜ਼ੀ ਹੈ ਹੋਏ ਨਿਰਾਸ਼ਾ ਬਾਬਰ ਮੁੜਿਆ ਸੋ ਹਜ਼ਰਤ ਮੁਹੰਮਦ ਸਾਹਿਬ ਵੱਲੋਂ ਕੋਰਾ ਜਵਾਬ ਲੈ ਕੇ ਬਾਬਰ ਵਾਪਸ ਮੁੜਿਆ ਸੋ ਆਸਾ ਲੈ ਡੇਰ ਪੜਿਆ ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਹੱਥ ਦਾ ਸੋਟਾ ਲੈ ਕੇ ਵਾਪਸ ਆ ਗਿਆ ਬਾਬਰ ਆਸ ਦੂਰ ਤਬ ਪਈ ਬਾਬਰ ਨਿਰਾਸ਼ਾ ਹੋ ਗਿਆ ਜਿਹੜੀ ਬੜੀ ਵੱਡੀ ਉਮੀਦ ਬਣੀ ਸੀ ਵੀ ਮੈਂ ਭਜਤ ਮੁਹੰਮਦ ਸਾਹਿਬ ਕੋਲੋਂ ਹਿੰਦੁਸਤਾਨ ਤੇ ਰਾਜ ਦਾ ਵਰਦਾਨ ਲਵਾਂਗਾ ਉਹ ਵਿੱਚ ਹੀ ਰਹਿ ਗਈ ਜਨ ਉਸ ਕੰਬਰ ਕੁ ਡੋ ਟੋਕ ਹੋ ਗਈ ਪੂਰੀ ਆਸ ਦੀ ਕੰਮਰ ਟੁੱਟ ਗਈ ਜਿਵੇਂ ਕਿਸੇ ਦੀ ਬੰਦੇ ਦੀ ਆਸ ਹੁੰਦੀ ਹੈ ਨਾ ਜੋ ਟੁੱਟ ਜਾਵੇ ਕਹਿੰਦੇ ਮੇਰੀ ਤੇ ਕੰਮਰ ਹੀ ਟੁੱਟ ਗਈ ਆਸ ਹੀ ਟੁੱਟ ਗਈ ਹਾਂਜੀ ਪਰੀ ਗਸ਼ੀ तिस ਡੇਰੇ ਆਏ ਬਾਦਸ਼ਾਹ ਨੂੰ ਇੱਕ ਤਰ੍ਹਾਂ ਦਾ ਗਸ਼ੀ ਪੈ ਰਹੀ ਸੀ ਬਾਬਰ ਨੂੰ ਵੀ ਬੜੀ ਉਮੀਦ ਲੈ ਕੇ ਮੈਂ ਹਿੰਦੁਸਤਾਨ ਤੇ ਚੜ੍ਹਾਈ ਕੀਤੀ ਸੀ ਲੱਖਾਂ ਰੁਪਏ ਖਰਚ ਕੀਤਾ ਸੀ ਜੰਗ ਕਰਾਂਗਾ ਜਿੱਤਾਂਗਾ ਮੁਹੰਮਦ ਸਾਹਿਬ ਦਾ ਵਰਦਾਨ ਮਿਲਣ ਦਾ ਸਮਾਂ ਸੀ ਨਹੀਂ ਮਿਲਿਆ ਸਾਫ਼ ਜਵਾਬ ਹੋ ਗਿਆ ਪੈਗੰਬਰ ਵੱਲੋਂ ਲਗੋ ਕਰਨ ਮਨ ਬਹੁ ਪਛਤਾਏ ਮਨ ਵਿੱਚ ਪਛਤਾਵਾ ਕਰਨ ਲੱਗਾ ਵਜ਼ੀਰ ਕਹੀ ਤੀ ਆਚੀ ਬਾਤ ਤੇ ਸੋਚਦਾ ਕਿ ਬੰਦੇ ਨੂੰ ਕਾਹਲੀ ਨਾਲ ਨਹੀਂ ਬੋਲਣਾ ਚਾਹੀਦਾ ਆ ਕੋਸਰੀ ਵਾਹਿਗੁਰੂ ਸ਼ੈਤਾਨ ਜਿਹੜਾ ਬੰਦੇ ਕੋਲੋਂ ਕਾਹਲੀ ਬੁਲਾ ਦਿੰਦਾ ਕਾਹਲੀ ਕੀ ਕੀਤੀ ਸੀ ਇਹਨੇ ਵਜ਼ੀਰ ਨੇ ਕਿਹਾ ਸੀ ਤੇ ਦੌਲਤਖਾਨੇ ਵੀ ਕਿਹਾ ਸੀ ਕਿ ਹਿੰਦੁਸਤਾਨ ਜੇਕ ਪੀਰ ਹੈ ਉਹਦਾ ਨਾਮ ਨਾਨਕ ਹੈ ਉਹ ਜੋ ਕਹਿ ਦਿੰਦਾ ਹੋ ਜਾਂਦਾ ਤੇ ਜੇ ਆਪਾਂ ਪੀਰ ਨਾਨਕ ਨੂੰ ਬੇਨਤੀ ਕਰਾਂਗੇ ਤੇ ਹਿੰਦੁਸਤਾਨ ਦਾ ਰਾਜ ਆਪਾਂ ਨੂੰ ਮਿਲ ਜਾਏਗਾ ਪਰ ਬਾਬਰ ਨੇ ਕਾਹਲੀ ਨਾਲ ਕਹਿਦਾ ਆਪਾਂ ਨਾਨਕ ਤੋਂ ਥੋੜਾ ਲੈਣਾ ਆਪਾਂ ਤੇ ਮੁਹੰਮਦ ਸਾਹਿਬ ਤੋਂ ਲਵਾਂਗੇ ਤੇ ਗੁਰੂ ਨਾਨਕ ਸਾਹਿਬ ਹੁਣ ਉਹਦਾ ਸਾਰਾ ਮਾਨ ਤੋੜਨ ਲਈ ਇਹ ਲੀਲਾ ਰਚਾਈ ਆ ਉਹ ਭਰਮ ਕੱਢਿਆ ਉਹਦਾ ਵੀ ਲੈ ਤੂੰ ਮੁਹੰਮਦ ਸਾਹਿਬ ਕੋਲੋਂ ਵੇਖ ਕੇ ਲਾਜ ਲੈ ਕੇ ਆ ਕਹਿੰਦਾ ਮੈਂ ਕਿਵੇਂ ਜਾਵਾਂ ਮਾਰੇ ਕਹਿੰਦੇ ਪਚਾਵ ਵੀ ਦਿੰਨੇ ਆ ਤੂੰ ਗੱਲ ਕਰ ਪਚਾਵ ਵੀ ਦਿੱਤਾ ਮੁਹੰਮਦ ਸਾਹਿਬ ਕੋਲੋਂ ਕੋਸ ਕੋਲਾ ਜਵਾਬ ਲੈ ਕੇ ਆ ਹੁਣ ਸੋਚਦਾ ਕਹਿੰਦਾ ਵਜ਼ੀਰ ਨੇ ਗੱਲ ਸਹੀ ਕੀਤੀ ਸੀ ਪਰ ਮੈਂ ਜਲਦੀ ਨਾਲ ਨੰਨਾ ਕਰ ਬੈਠਾ ਸੀ ਹਿੰਦੂ ਪੀਰ ਉਹਾਂ ਬੜੀ ਅਫਾਤ ਮੇਰਾ ਵਜ਼ੀਰ ਕਹਿੰਦਾ ਸੀ ਮੈਂ ਦੌਲਤਖਾਂ ਵੀ ਕਹਿੰਦਾ ਸੀ ਕਿ ਹਿੰਦੁਸਤਾਨ ਜੇ ਹਿੰਦੂ ਪੀਰ ਹੈ ਨਾਨਕ ਉਹਦਾ ਨਾਮ ਹੈ ਕਹਿੰਦੇ ਜੋ ਕਹਿੰਦਾ ਹੋ ਜਾਂਦਾ ਵੱਡੀ ਕਰਾਮਾਤ ਦਾ ਸ਼ਕਤੀ ਦਾ ਮਾਲਕ ਹੈ ਉਹ ਹਾਂਜੀ ਪਾਛੇ ਮੁੜੈ ਤੋਂ ਝੋਟ ਲੱਗੈ ਅੱਗੇ ਤਰੋਂ ਤੋਂ ਹਾਰ ਹੁਣ ਕੀ ਕਰਾਂ ਜੇ ਮੈਂ ਪਿੱਛੇ ਜਾਣਾ ਕਾਬਲ ਨੂੰ ਵਾਪਸ ਤਾਂ ਵੱਡੀ ਛੱਟ ਲੱਗੇਗੀ ਕਾਬਲ ਵਾਲੇ ਕਹਿਣਗੇ ਰਾਜੋ ਮੁੜ ਕੇ ਆ ਗਿਆ ਡਰ ਗਿਆ ਜੇ ਦਿੱਲੀ ਵੱਲ ਵੱਤਾਂ ਹਿੰਦੁਸਤਾਨ ਤੇ ਬਾ ਤਖਤਵਲ ਜਾਂਦਾ ਹਾਂ ਉਥੇ ਜੰਗ ਜਹਾਰ ਹੋ ਜਾਣੀ ਹੈ ਕਿਉਂਕਿ ਮੁਹੰਮਦ ਸਾਹਿਬ ਨੇ ਜਵਾਬ ਦਿੱਤਾ ਹੋਇਆ ਹਾਂਜੀ ਗਹਿ ਚਕਚੁੰਦਰ ਸਰਬਜਿਓ ਐਸੇ ਪਇਓ ਵਿਚਾਰ ਸੱਪ ਦੇ ਮੂੰਹ ਚਕਚੁੰਦਰ ਆ ਗਈ ਹੈ ਨਾ ਖਾਣ ਜੋਗਾ ਨਾ ਛੱਡਣ ਜੋਗਾ ਜੇ ਖਾਂਦਾ ਤੇ ਕੋੜੀ ਹੈ ਛੱਡਦਾ ਤੇ ਅੰਨਾ ਹੋ ਜਾਂਦਾ ਤੋ ਇਸ ਤਰ੍ਹਾਂ ਇਹ ਹੁਣ ਨਾ ਵਾਪਸ ਜਾਣ ਜੋਗਾ ਬਾਬਰ ਨਾ ਦਿੱਲੀ ਜਾਣ ਜੋਗਾ ਰਸਤੇ ਚ ਖੋ ਗਿਆ थर-थर ਕੰਪੈ ਬਾਬਰ ਦੇਹ ਬਾਬਰ ਦਾ ਸਰੀਰ थर-थर ਕੰਬ ਰਿਹਾ ਸੀ ਔਰ ਪਸੀਨੇ ਛੁੱਟ ਰਹੇ ਸਨ ਬਾਬਰ ਉਪਜਿਓ ਬੋ ਸੰਦੇਹ ਲੋ ਬਾਬਰ ਦੇ ਮਨ ਚ ਬੜਾ ਭਾਰੀ ਸੰਦੇਹ ਪੈਦਾ ਹੋ ਚੁੱਕਾ ਸੀ ਕਿ ਮੈਂ ਕਾਮਯਾਬ ਹੋਵਾਂਗਾ ਕਿ ਨਹੀਂ ਹੋਵਾਂਗਾ ਉਹ ਹਾਂ ਪਿਕੰਬਰ ਦਿਉ ਜਵਾਬ ਉਦੋਂ ਪਿਕੰਬਰ ਨੇ ਸਾਡੇ ਨੇ ਜਵਾਬ ਦੇ ਦਿੱਤਾ ਹੈ ਤੈਨੂੰ ਰਾਜ ਨਹੀਂ ਦੇਣਾ ਹਾਂਜੀ ਮੁਜਕਰਦੀਨ ਹਿੰਦੂ ਤਾਬ ਮੈਨੂੰ ਪੀਰ ਹਿੰਦੂ ਕੋਲ ਭੇਜ ਦਿੱਤਾ ਹੈ ਹਿੰਦੂ ਪੀਰ ਕੌਣ ਹੈ ਗੁਰੂ ਨਾਨਕ ਸਾਹਿਬ ਜੀ ਪੀ ਹਿੰਦੂਆਂ ਦੇ ਪੀਰ ਗੁਰੂ ਨਾਨਕ ਸਾਹਿਬ ਕੋਲ ਜਾ ਕੇ ਹੁਣ ਮੈਂ ਹਿੰਦੂ ਕੋਲੋਂ ਮੰਗਾ ਇਹ ਵੀ ਮੇਰੇ ਵਾਸਤੇ ਬੜੀ ਮਾੜੀ ਗੱਲ ਹੈ ਹਾਂਜੀ ਹਮੈਂ ਆਸ ਔਰ ਕਿਸ ਕਰਾਂ ਹੁਣ ਮੈਂ ਕਿਹਦੇ ਕੋਲ ਜਾਵਾਂ ਕੀ ਕਰਾਂ ਕਿਹੜੇ ਪੀਰ ਨੂੰ ਮਨਾਵਾਂ ਜੇ ਸਾਰੇ ਪੀਰਾਂ ਚੋਂ ਵੱਡਾ ਪੀਰ ਤਾਂ ਸਾਡਾ ਹਜ਼ਰਤ ਮੁਹੰਮਦ ਸਾਹਿਬ ਜੀ ਹਨ ਉਹਨਾਂ ਨੇ ਜਵਾਬ ਦਿੱਤਾ ਤਾਂ ਛੋਟੇ ਪੀਰ ਕਿਵੇਂ ਹਾਂ ਕਰਨਗੇ ਹੁਣ ਹਾਂਜੀ ਅਬ ਕਿਸ ਆਗੇ ਸਜਦੋਂ ਕਰਾਂ ਕਿਹਦੇ ਅਗੇ ਸਜਦਾ ਕਰਾਂ ਕਿਹਦੀ ਜਾ ਕੇ ਮੈਂ ਸੁਖਣਾ ਸੁਖਾਂ ਕਿਹਦੇ ਪੈਰ ਫੜਾਂ ਜਿੱਤੋਂ ਵਰ ਲੈ ਕੇ ਹਿੰਦੁਸਤਾਨ ਜਿੱਤਾ ਬੇੜਾ ਪੜਿਓ ਸਮੁੰਦਰ ਮਾਹੀ ਬਾਬਰ ਦਾ ਬੇੜਾ ਸਮੁੰਦਰ ਦੀ ਮੰਜ ਧਾਰ ਚ ਫਸ ਗਿਆ ਹੈ ਦਿਓ ਪਿਕੰਬਰ ਅਗੇ ਤਕਾਇ ਤੇ ਪਗੰਬਰ ਨੇ ਤਕਾ ਦੇਤਾ ਵੀ ਜਾ ਹੁਣ ਡੁੱਬ ਭਵੇਂ ਤਰ ਤੇਰੀ ਮਰਜ਼ੀ ਤੇਰੇ ਕਰਮ ਹਨ ਬਿਨ ਖੇਵਟ ਬੇੜਾ ਕਿਮ ਪਾਰ ਬਿਨਾ ਮਲਾ ਦੇ ਹੁਣ ਬੇੜਾ ਬਨੇ ਲੱਗਣਾ ਕੋਈ ਨਹੀਂ ਪਰੇ ਜਾਏ ਕਹੂੰ ਔਖੀ ਤਾਰ ਮੈਂ ਕਿਸੇ ਔਖੀ ਮੰਜ ਧਾਰ ਚ ਫਸ ਗਿਆ ਹਾਂ ਐਸੀ ਐਸੀ ਸੋਚਾਂ ਕਰੈ ਐਸੀ ਐਸੀ ਸੋਚਾਂ ਬਾਬਰ ਦੇ ਮਨ ਚ ਆ ਰਹੀਆਂ ਹਨ ਕਦ ਬੂਬੈ ਕਦ ਸੰਸਿਉਂ ਤਰੈ ਜਦ ਬਾਬਰ ਡੁੱਬਦਾ ਹੈ ਉਸ ਸੰਸੇ ਦੇ ਵਿੱਚ ਕਦੀ ਉੱਪਰ ਆਉਂਦਾ ਹੈ ਯਾਨੀ ਉਹਦੇ ਮਨ ਵਿੱਚ ਉਤਰਾਛੜਾ ਖਿਆਲ ਬਦਲ ਰਹੇ ਹਨ ਤਾਂ ਬਾਬਰ ਕਹਿ ਮਨ ਫੁਰੀ ਧਰੀ ਬਹੁਤ ਮਨ ਤੀਰ ਸੋਚਦਿਆਂ ਸੋਚਦਿਆਂ ਬਾਬਰ ਦੇ ਮਨ ਨੇ ਹੌਸਲਾ ਕਰ ਲਿਆ ਪੈਗੰਬਰ ਪੀਐਸ ਉਹ ਕਹਿ ਹੋ ਸੋ ਹਿੰਦ ਨਾਨਕ ਬਸ ਪੀਰ ਉਹ ਕਹਿੰਦਾ ਪੈਗੰਬਰ ਸਾਹਿਬ ਨੇ ਇਹ ਗੱਲ ਤੇ ਕਹੀ ਸੀ ਨਾ ਵੀ ਜੇ ਤੂੰ ਰਾਜ ਲੈਣਾ ਹੈ ਪੀਰ ਨਾਨਕ ਨੂੰ ਖੁਸ਼ ਕਰ ਲੈ ਜੇ ਸਾਡੇ ਪੈਗੰਬਰ ਨੇ ਕਹਿ ਦਿੱਤਾ ਵੀ ਪੀਰ ਨਾਨਕ ਦੇ ਪੈਰ ਫੜ ਲਓ ਤੇ ਫਿਰ ਸਾਨੂੰ ਇਤਰਾਜ ਨਹੀਂ ਹੋਣਾ ਚਾਹੀਦਾ ਇਹਦੇ ਚ ਕਾਦੀ ਸ਼ਰਮ ਵਾਲੀ ਗੱਲ ਹੈ ਉਹ ਰੱਬ ਦੇ ਬੰਦੇ ਕੋਲੋਂ ਜੇ ਮੈਨੂੰ ਕੁਝ ਮਿਲਦਾ ਹੈ ਤਾਂ ਜਾ ਕੇ ਉਹਦੇ ਪੈਰ ਫੜਨ 'ਚ ਮੇਰਾ ਕੀ ਘਟਦਾ ਹਾਂਜੀ ਤਬਾਬਰ ਕੇ ਉੱਚਤ ਆਈ ਇਸ ਤਰ੍ਹਾਂ ਬਾਬਰ ਦਾ ਹੌਸਲਾ ਬਣ ਗਿਆ ਪਰ ਉਹ ਚਰਨ ਅਬ ਨਾਨਕ ਜਾਈ ਮੈਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਹਿੰਦ ਦੇ ਪੀਰ ਦੇ ਚਰਨ ਫੜ ਲਵਾਂਗਾ ਸਾ ਪੀਰਨ ਸਿਰ ਨਾਨਕ ਪੀਰ ਪੀਰਾਂ ਦਾ ਪੀਰ ਗੁਰੂਆਂ ਦਾ ਗੁਰੂ ਅਵਤਾਰਾਂ ਦਾ ਅਵਤਾਰ ਰਾਜਿਆਂ ਦਾ ਰਾਜਾ ਮਹਾਰਾਜਿਆਂ ਦਾ ਮਹਾਰਾਜਾ ਗੁਰੂ ਨਾਨਕ ਹੈ ਉਹਦੇ ਚਰਨ ਫੜ ਲਈਏ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਹਾਂਜੀ ਨਾਨਕ ਬਿਨ ਕੋ ਤਰਾਵੇਂ ਤੀਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਬਿਨਾ ਕੌਣ ਹੁਣ ਮੇਰਾ ਬੇਲੀ ਬਣੇਗਾ ਤਬ ਉਨ ਦੌਲਤ ਤੁਰਤ ਬੁਲਾਇਆ ਤਾਂ ਸਾਧ ਸੰਗਤ ਜੀ ਉਹਨੇ ਫਿਰ ਦੌਲਤ ਖਾਨ ਨੂੰ ਆਪਣੇ ਕੋਲ ਸੱਦਿਆ ਤੈਨੇ ਮੁਝ ਇਹਾ ਆਣ ਫਸਾਇਆ ਦੌਲਤ ਖਾਨ ਨੂੰ ਕਹਿਣ ਲੱਗਾ ਦੌਲਤ ਖਾਨ ਤੂੰ ਮੈਨੂੰ ਇੱਥੇ ਲਿਆ ਕੇ ਫਸਾ ਦਿੱਤਾ ਹਿੰਦੁਸਤਾਨ ਵਿੱਚ ਨਾ ਮੈਂ ਪਿੱਛੇ ਮੁੜਨ ਜੋਗਾ ਨਾ ਮੈਂ ਅੱਗੇ ਜਾਣ ਜੋਗਾ ਕੋ ਘੁੰਮਣਵਾਣੀ ਮੈਂ ਦਇਓ ਡਾਰ ਮੈਂ ਘੁੰਮਣਵਾਣੀ ਚ ਫਸ ਗਿਆ ਦਰਿਆ ਚ ਕਈ ਜਗ੍ਹਾ ਤੇ ਨਾ ਘੁੰਮਣਵਾਣੀ ਹੁੰਦੀ ਪਾਣੀ ਦੀ ਘੁੰਮਣ ਘੇਰੀ ਜਿਹੜਾ ਉਹਦੇ ਚ ਫਸ ਜੇ ਉਹ ਕਿਧਰ ਨਿਕਲ ਨਹੀਂ ਸਕਦਾ ਉੱਥੇ ਡੁੱਬ ਜਾਂਦਾ ਸੋ ਮੈਂ ਘੁੰਮਣਵਾਣੀ ਚ ਫਸ ਗਿਆ ਹੁਣ ਤੂੰ ਮੇਰੀ ਬਾਹ ਫੜ ਕਹੋ ਸਤਗੁਰ ਕੋ ਲਾਵੇਂ ਪਾਰ ਗੁਰੂ ਨਾਨਕ ਸਾਹਿਬ ਕੋਲ ਸਿਪਾਰਸ਼ ਕਰ ਮੇਰੀ ਕਿ ਉਹ ਮੇਰਾ ਬੇੜਾ ਬਣੇ ਲਾਣ ਲੈ ਦੌਲਤ ਤਬ ਤੁਰਿਓ ਸਾਥ ਸੁ ਦੌਲਤ ਖਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਵੱਲ ਲੈ ਕੇ ਬਾਬਰ ਨੂੰ ਨਾਲ ਤੁਰ ਪਿਆ ਛੂਏ ਚਰਨ ਔ ਜੋੜੇ ਹੱਥ ਔਰ ਆ ਕੇ ਉਹਨੇ ਬਾਬਰ ਨੇ ਦੋਵੇਂ ਚਰਨ ਫੜ ਕੇ ਮੱਥੇ ਨੂੰ ਲਾਏ ਚਰਨ ਚੁੰਮੇ ਜਿਵੇਂ ਮੁਸਲਮਾਨਾਂ ਦਾ ਤਰੀਕਾ ਮੱਥਾ ਟੇਕਣ ਦਾ ਸਜਦਾ ਕੀਤਾ ਤੇ ਗੁਰੂ ਨਾਨਕ ਸਾਹਿਬ ਨੂੰ ਦੌਲਤਖਾਨੇ ਵੀ ਸਜਦਾ ਕੀਤਾ ਤੇ ਬਾਬਰ ਨੇ ਵੀ ਕੀਤਾ ਮੈਂ ਹਾਂ ਤੁਝ ਦਾਸਨ ਕੋ ਦਾਸ ਤੇ ਬਾਬਰ ਤਰਨਾ ਲੈ ਕੇ ਬੋਲਿਆ ਮੈਂ ਤੇਰੇ ਦਾਸਾਂ ਦਾ ਵੀ ਦਾਸ ਹਾਂ ਮੈਂ ਤੇਰੇ ਕੁੱਤਿਆਂ ਦਾ ਗੁਲਾਮ ਹਾਂ اے ਪੀਰ ਨਾਨਕ ਮੇਰੇ ਤੇ ਰਹਿਮਤ ਕਰ ਮੇਰੇ ਤੇ ਬਖਸ਼ਿਸ਼ ਕਰ ਹਾਂਜੀ ਪੂਰਨ ਕਰੋ ਹਮਾਰੀ ਆਸ ਸਾਡੀ ਆਸ ਪੂਰੀ ਕਰੋ ਉਹਾਂ ਜੋ ਬਾਬਰ ਦਿਖਿਓ ਕਹੀ ਸੋਹੀ ਤੇ ਆਣ ਜੋ ਕੁਝ ਅਕਾਲ ਪੁਰਖ ਦੀ ਕਚਹਿਰੀ ਤੇ ਜਾ ਕੇ ਬਾਬਰ ਨੇ ਦੇਖਿਆ ਸੀ ਉਹ ਸਾਰਾ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਬਿਆਨ ਕੀਤਾ ਸਾਤਗੁਰ ਹੱਸ ਕੇ ਚੁੱਪ ਰਹਿ ਓਏ ਸਭ ਜਾਣੀ ਜਾਣ ਜਾਣ ਗੁਰੂ ਨਾਨਕ ਸਾਹਿਬ ਮੁਸਕਰਾ ਪਏ ਤੇ ਬੋਲੇ ਨਹੀਂ ਕਿਉਂਕਿ ਬਾਬਰ ਡਿੰਗਾ ਬੜੀਆਂ ਮਾਰਦਾ ਆਇਆ ਸੀ ਕਾਬਲ ਤਾਂ ਮੈਂ ਨਾਨਕ ਤੋਂ ਕੀ ਲੈਣਾ ਮੈਂ ਤੇ ਆਪੇ ਹੀ ਬਾਦਸ਼ਾਹ ਬਣ ਜਾਣਾ ਹਿੰਦੁਸਤਾਨ ਦਾ ਮੈਂ ਇਹਦੇ ਮੁਹੰਮਦ ਸਾਹਿਬ ਤੋਂ ਰਾਜ ਅਸ਼ੀਰਵਾਦ ਲਵਾਂਗਾ ਮੈਂ ਹਿੰਦੂਆਂ ਦੇ ਪੀਰ ਤੋਂ ਕਿਉਂ ਲਵਾਂ ਹੁਣ ਹੰਕਾਰ ਟੁੱਟਾ ਹੋਇਆ ਤੇ ਸਤਿਗੁਰੂ ਵੇਖ ਰਿਹਾ ਉਹਦੇ ਹਾਂਜੀ ਫਿਰ ਬਾਬਰ ਯੋ ਬਚਨ ਸੁਣਾਇਓ ਤੇ ਬਾਬਰ ਬੋਲਿਆ ਕਹਿਣ ਲੱਗਾ ਤੇਰੋਂ ਪੇਤਨਾ ਕਿਨਹੂੰ ਪਾਇਓ اے ਸਤਿਗੁਰੂ ਨਾਨਕ ਜੀ ਤੁਹਾਡਾ ਭੇਦ ਕਿਸੇ ਤੋਂ ਨਹੀਂ ਪਾਇਆ ਜਾਂਦਾ ਤੂੰ ਸ਼ਰੀਕ ਖੁਦਾਏ ਕੋ ਆਹੀ ਤੂੰ ਖੁਦਾ ਦਾ ਸ਼ਰੀਕ ਹੈ ਵੈਸੇ ਮੁਸਲਮਾਨ ਕਹਿੰਦੇ ਅੱਲਾ ਲਾ ਸ਼ਰੀਕ ਹੈ ਬਈ ਯਾਨੀ ਉਹਦੇ ਵਰਗਾ ਕੋਈ ਨਹੀਂ ਪਰ ਇਹ ਮੰਨ ਗਿਆ ਕਿ ਗੁਰੂ ਨਾਨਕ ਖੁਦਾ ਦਾ ਰੂਪ ਹੈ ਖੁਦਾ ਦਾ ਨੂਰ ਹੈ ਹਾਂਜੀ ਤੂੰ ਖੁਦਾਏ ਕੋ ਜਾਇਓ ਤਾਂਹੀ ਤੂੰ ਖੁਦਾ ਹੈ ਕਿ ਖੁਦਾ ਦਾ ਪੁੱਤਰ ਹੈ ਕੋਈ ਫਰਕ ਨਹੀਂ ਹੁੰਦਾ ਪਿਓ ਪੁੱਤਰ ਵਿੱਚ ਤੂੰ ਖੁਦਾ ਹੈ ਜਾਂ ਖੁਦਾ ਦਾ ਜਾਇਆ ਹੋਇਆ ਹੈ ਹਾਂਜੀ ਤੈ ਤੂੰ ਜਦੋਂ ਨਾ ਆਪ ਖੁਦਾ ਹੈ ਖੁਦਾ ਤੇਰੇ ਤੋਂ ਵੱਖਰਾ ਨਹੀਂ ਹੈ ਤੇਰੇ ਤੇ ਖੁਦਾ 'ਚ ਕੋਈ ਫਰਕ ਨਹੀਂ ਹੈ ਹਾਂਜੀ ਜੋ ਹੋਵੇ ਸੋ ਤੇਰੀ ਰਜ਼ਾ ਹੈ ਆਪਣੀ ਰਜ਼ਾ ਦੇ ਪੀਰ ਜੋ ਹੋ ਰਿਹਾ ਦੁਨੀਆ 'ਚ ਤੇਰੇ ਭਾਣੇ 'ਚ ਹੋ ਰਿਹਾ ਹੈ ਜੋ ਕੋਈ ਤੂੰ ਕਰਾ ਰਿਹਾ ਹੋ ਰਿਹਾ ਸੰਸਾਰ ਦੇ ਵਿੱਚ ਹਾਂਜੀ ਤੂੰ ਰਜ਼ਾਏ ਕੋ ਕਰਨਹਾਰ ਤੂੰ ਖੁਦਾ ਹੈ ਤੇਰੇ ਹੁਕਮ ਵਿੱਚ ਤੇਰੀ ਰਜ਼ਾ ਵਿੱਚ ਦੁਨੀਆ ਚੱਲ ਰਹੀ ਹੈ ਹਾਂਜੀ ਤੇਰਾ ਅੰਤ ਨਾ ਪਾਰਾਵਾਰ ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੁਹਾਡਾ ਅੰਤ ਪਾਰਾਵਾਰ ਕੋਈ ਨਹੀਂ ਪਾ ਸਕਦਾ ਤੂੰ ਕਰਤਾ ਹੈ ਕਾਦਰ ਕਰੀਮ ਇਹ ਸਤਿਗੁਰੂ ਨਾਨਕ ਸਾਹਿਬ ਜੀ ਤੁਸੀਂ ਕਾਦਰ ਕਰੀਮ ਕਰਤਾ ਰਹੀਮ ਸਭ ਕੁਝ ਤੁਸੀਂ ਹੋ ਖੁਦ ਖੁਦਾਏ ਹੈ ਤੂੰ ਹੀ ਰਹੀਮ ਤੁਸੀਂ ਹੀ ਖੁਦਾ ਹੋ ਤੁਸੀਂ ਹੀ ਰਹੀਮ ਹੋ ਤੁਸੀਂ ਹੀ ਪਰਵਰਤگار ਹੋ ਤੂੰ ਹੀ ਪਿਕੰਬਰ ਰਾਹੁ ਨੁਮਾਏ ਔਰ ਤੂੰ ਹੀ ਪੈਗੰਬਰਾਂ ਨੂੰ ਦੁਨੀਆ ਦੇ ਭੇਜਣ ਵਾਲਾ ਹੈ ਪੈਗੰਬਰਾਂ ਨੂੰ ਰਾਹ ਦਿਖਾਉਣ ਵਾਲਾ ਹੈ ਹਾਂਜੀ ਤੇਰਾ ਸਿਰ ਨਾ ਪਾਇਓ ਜਾਏ ਤੇਰੇ ਸਿਰਡ ਦਾ ਤੇਰੀ ਸ਼ਕਤੀ ਦਾ ਤੇਰੇ ਧਰਮ ਦਾ ਕੋਈ ਅੰਤ ਨਹੀਂ ਪਾ ਸਕਦਾ ਤੇਰੇ ਨਾਮ ਪਰ ਮੈਂ ਵਿਕਿਓ ਦੌਲਤਾਂ ਹੱਥ ਪਠਾਣ ਆ ਕਹਿਣ ਲਗਾ ਮੈਂ ਤੇਰੇ ਹੱਥ ਵਿਕਿਆ ਹਾਂ ਤੇਰਾ ਮੈਂ ਗੁਲਾਮ ਹਾਂ ਅਬ ਚਾਹੇ ਸੋ ਕੀਜੀਐ ਆਪਣੀ ਲਾਜ ਪਛਾਣ ਹੁਣ ਤੁਹਾਡੀ ਮਰਜ਼ੀ ਐ ਮਹਾਰਾਜ ਤੁਹਾਡੀ ਰਜਾ ਹੈ ਹੁਣ ਮੈਨੂੰ ਤੁਸੀਂ ਜੋ ਚਾਹੋ ਕੋ ਮਾਰੋ ਤੇ ਭਵੇਂ ਰੱਖੋ ਆਖੋ ਸ੍ਰੀ ਵਾਹਿਗੁਰੂ ਮੈਂ ਤੁਹਾਡੇ ਕੋਲ ਆ ਗਿਆ ਰਾਜ ਹਿੰਦੁਸਤਾਨ ਦਾ ਤੁਹਾਡੇ ਕੋਲ ਹੈ ਸਾਡੇ ਪੈਗੰਬਰ ਨੇ ਵੀ ਕਿਹਾ ਹੈ ਕਿ ਹਿੰਦੁਸਤਾਨ ਦਾ ਰਾਜ ਮੈਂ ਨਹੀਂ ਦੇ ਸਕਦਾ ਹਿੰਦੁਸਤਾਨ ਦਾ ਰਾਜ ਪੀਰ ਨਾਨਕ ਦੇ ਸਕਦਾ ਤੇ ਮੈਂ ਹੁਣ ਤੁਹਾਡੇ ਚਰਨ ਫੜ ਲਿਆ ਤੁਸੀਂ ਚਾਹੋ ਮੈਨੂੰ ਰਾਜ ਦੇ ਕੇ ਜ਼ਿੰਦਗੀ ਦੇ ਦਿਓ ਜੇ ਜਵਾਬ ਦਿੱਤਾ ਤੇ ਮੈਂ ਮਰ ਜਾਵਾਂਗਾ ਮੈਂ ਵਾਪਸ ਆਪਣੇ ਮੁਲਕ ਜਾਣ ਜੋਗਾ ਨਹੀਂ ਹਾਂ ਉੱਥੋਂ ਦੇ ਪਠਾਣਾ ਨੇ ਕਹਿਣਾ ਕਾਬਲ ਦੇ ਲੋਕਾਂ ਨੇ ਕਹਿਣਾ ਗਿਆ ਸੀ ਹਿੰਦੁਸਤਾਨ ਜਿੱਤਣ ਖਾਲੀ ਮੁੜ ਕੇ ਆ ਗਿਆ ਮੈਂ ਕਿੱਧਰ ਜੋਗਾ ਨਹੀਂ ਰਾਵਾਂਗਾ ਹਾਂਜੀ ਓ ਸਤਗੁਰ ਸੁਣ ਭਇਓ ਦਿਆਲਾ ਤੇ ਸਤਗੁਰੂ ਪਾਤਸ਼ਾਹ ਮਹਾਰਾਜ ਉਹਦੇ ਵੱਲ ਦੇਖ ਕੇ ਮੁਸਕਰਾ ਪਏ ਤੇ ਦਿਆ ਦੇ ਘਰ ਵਿੱਚ ਆਏ। ਭੰਗ ਥੈਲੋ ਮੰਗ ਲਿਓ ਤਤਕਾਲਾ। ਮਾਰਾ ਕਹਿਣ ਲੱਗੇ ਪੇਟਾ ਕੀ ਲੈ ਕੇ ਆਇਆ ਸੀ? ਕਹਿੰਦਾ ਜੀ ਆ ਮੇਰੇ ਕੋਲ ਤੁਹਾਡੇ ਵਾਸਤੇ ਭੰਗ ਲੈ ਕੇ ਆਇਆ ਸੀ। ਸਾਧ ਸੰਗਤ ਜੀ ਕੋਈ ਚੀਜ਼ ਸਭ ਤੋਂ ਸਸਤੀ ਹੁੰਦੀ ਆ ਨਾ ਦੁਨੀਆ ਤੇ ਤੇ ਭੰਗ ਦਾ ਪਹਾੜਾ ਹੁੰਦਾ। ਇਹ ਸੁਣੀ ਹੋਣੀ ਕਹਾਵਤ ਅਖੇ ਜੀ ਭੰਗ ਦੇ ਪਹਾੜੇ। ਭੰਗ ਦਾ ਪਹਾੜਾ ਕਿਉਂ ਕਿਹਾ ਜਾਂਦਾ? ਇਹਦੇ ਜਿ ਇੱਕ ਕਹਾਵਤ ਐ ਇੱਕ ਰਮਜ ਐ ਭੰਗ ਹੁੰਦੀ ਐ ਫੁਲਾਵਟ ਵਿੱਚ ਤੇ ਹੁੰਦੀ ਐ ਹੌਲੀ ਸਮਝਦੇ ਹੋ ਫੁਲਾਵਟ 'ਚ ਹੁੰਦੀ ਐ ਜੇ ਇੱਕ ਭੰਗ ਦੀ ਬੋਰੀ ਉਹਦੇ ਵਿੱਚੋਂ ਕਿੰਨਾਂ ਵਜਨ ਕਿੰਨਾ ਹੋਣਾ 2-4 ਕਿਲੋ ਮਸੀਂ ਹੋਏਗਾ ਜੇ ਕਿਸੇ ਨੇ ਟਰੱਕ ਭੰਗ ਦਾ ਲੱਦਿਆ ਤੇ ਉਹਦਾ ਪਹਾੜਾ ਕਰਾਇਆ ਕਿੰਨਾ ਕੁ ਮਿਲਣਾ ਥੋੜਾ ਹੀ ਮਿਲਣਾ ਭੰਗ ਦੇ ਪਹਾੜੇ ਦੇ ਰਾਜ ਦੇ ਦੇਣਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਇਹ ਖੇਡ ਹੈ ਭਾਬ ਭੇਟਾ ਤੁਛ ਮਾਤਰ ਲੈ ਕੇ ਹਿੰਦੁਸਤਾਨ ਦੀਆਂ ਬਾਦਸ਼ਾਹੀਆਂ ਦੇਣ ਲੱਗੇ ਆ ਭਾਈ ਗੁਰਦਾਸ ਜੀ ਦੇ ਬਚਨ ਨੇ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖ ਹੈ ਤਾਂ ਹੈ ਗੁਰੂ ਸਰਬ ਨਿਧਾਨਦਾਨ ਦੇਤਾ ਸਤਿਗੁਰੂ ਕਹਿੰਦੇ ਲਿਆ ਕੀ ਲੈ ਕੇ ਆਇਆ ਹਾਂ ਭੇਟਾ ਕਹਿਓ ਲਿਆਓ ਮੁੱਠ ਪਾਇੰਦੈ ਝੋਲੀ ਕਹਿੰਦਾ ਜੀ ਇਸ ਵੇਲੇ ਤਾਂ ਮੇਰੇ ਕੋਲ ਭਾਂਗੀ ਹੈ ਮਹਾਰਾਜ ਕਹਿੰਦੇ ਫਿਰ ਪਾ ਸਾਡੀ ਝੋਲੀ ਵਿੱਚ ਹਾਂਜੀ ਬਾਬਰ ਤੁਰਤ ਵੈ ਥੈਲੀ ਖੋਲੀ ਬਾਦਸ਼ਾਹ ਨੇ ਆਪਣੀ ਥੈਲੀ ਖੋਲੀ ਬਾਬਰ ਨੇ ਸੱਤ ਮੁਠੀ ਪਰ ਝੋਲੀ ਪਾਈ ਮੁਠੀ ਭਰ ਕੇ ਮਹਾਰਾਜ ਦੀ ਝੋਲੀ ਚ ਪਾਈ 1 2 3 4 ਸੱਤ ਮੁਠੀਆਂ ਜਦੋਂ ਹੋ ਗਈਆਂ ਤੇ ਥੈਲਾ ਖਾਲੀ ਹੋ ਗਿਆ ਹਾਂਜੀ ਪਿੱਛੇ ਝਾੜ ਉਹਨ ਥੈਲੀ ਮੰਦਾ ਮਹਾਰਾਜ ਕਹਿੰਦੇ ਬਸ ਕੰਨ ਦਾ ਦੀ ਹੋਰ ਤੇ ਹੈ ਨਹੀਂ ਅੱਜ ਥੈਲੀ ਝਾੜ ਦੇ ਨਾ ਨੇ ਥੈਲੀ ਝਾੜ ਦਿੱਤੀ ਥੈਲੀ ਚ ਕੀ ਖਾਲੀ ਸੀਗੀ ਉਹ ਥੈਲੀ ਜਿਹੜੀ ਝਾੜੀ ਹੈ ਨਾ ਉਹ ਜਿਹੜੇ ਫਰਖਸ਼ੀਰ ਵਰਗੇ ਜਹਾਂਦਰ ਵਰਗੇ ਮੁਹੰਮਦ ਵਰਗੇ ਰੰਗੀਲੇ ਵਰਗੇ ਤੇ ਬਾਦਰਸ਼ਾ ਜਫਰ ਤੱਕ 5 7 ਤੋਂ 8 10 ਬਾਦਸ਼ਾਹ ਹੋਏ ਨਾ ਪਿੱਛੋਂ ਉਹ ਝਾੜੀ ਸੀਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੱਤ ਪੁਸਤਾਂ ਜਿਹੜੀਆਂ ਨੇ ਉਹ ਮਜ਼ਬੂਤ ਰਹੀਆਂ ਨੇ ਕਿਹੜੀਆਂ ਬਾਬਰ ਹਮਾਇਉ ਅਕਬਰ ਜਹਾਂਗੀਰ ਸ਼ਾਹਜਹਾਨ ਔਰੰਗਜ਼ੇਬ ਤੇ ਬਾਦਰਸ਼ਾ ਇਹ ਸੱਤ ਪੁਸਤਾਂ ਦਾ ਰਾਜ ਰਿਆ ਹਿੰਦੁਸਤਾਨ ਸਾਰੇ ਤੇ ਤੇ ਉਦੋਂ ਬਾਅਦ ਜਿਹੜੇ ਰਹੇ ਨੇ ਉਹ ਦਿੱਲੀ 'ਚ ਹੀ ਰਹੇ ਨੇ ਜਿਹੜਾ ਝਾੜ ਫੂਕ ਰਿਆ ਉਹ ਬਚਨ ਸਤਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਲੀਲਾ ਦੇ ਨਾਲ ਇਹ ਕੌਤਕ ਕਹਿੰਦੇ ਐ ਇਹਨੂੰ ਸਤਗੁਰੂ ਕੌਤਕ ਕਰ ਰਿਹਾ ਜਦੋਂ ਥੈਲਾ ਹੀ ਝਾੜ ਦਿੱਤਾ ਨਾ ਤੇ ਮਹਾਰਾਜ ਕਹਿੰਦੇ ਬੱਸ ਫਿਰ ਇੰਨਾ ਹੀ ਸੀਗਾ ਹੁਣ ਇਸ ਤੋਂ ਅਗੇ ਤੇਰੇ ਕੋਲ ਹੈ ਨਹੀਂ ਜਿਹੜਾ ਤੂੰ ਸਾਡੇ ਤੋਂ ਹੋਰ ਕੁਝ ਲੈ ਲਵੇਂ ਹਾਂਜੀ ਭੰਗ ਮੁਠੀ ਸਤ ਦਿਨੀਂਡਾਰੀ ਸਤ ਭੰਗ ਭੰਗ ਦੀਆਂ ਮੁੱਠਾ ਜਦੋਂ ਪਾ ਬੈਠਾ ਖਾਲੀ ਹੋ ਗਿਆ ਥੈਲਾ ਪਤਸ਼ਾਹੀ ਸਤ ਦਿਨੀ ਸਾਰੀ ਸਤ ਪਤਸ਼ਾਹੀਆਂ ਹਿੰਦੁਸਤਾਨ ਦੀਆਂ ਮਹਾਰਾ ਸੈਬ ਸ੍ਰੀ ਗੁਰੂ ਨਾਨਕ ਸਾਹਿਬ ਨੇ ਮੁਗਲਾਂ ਨੂੰ ਦਿੱਤੀਆਂ ਪਹਿਲਾ ਬਾਬਰ ਨੇ ਰਾਜ ਕੀਤਾ ਫਿਰ ਹਮਾਈਉਂ ਨੇ ਕੀਤਾ ਫਿਰ ਅਕਬਰ ਨੇ ਕੀਤਾ ਅਕਬਰ ਨੇ ਲਗਭਗ 49 ਸਾਲ ਦੇ ਲੜੇ ਰਾਜ ਕੀਤਾ ਤੇ ਫਿਰ ਜਹਾਂਗੀਰ ਬਾਦਸ਼ਾਹ ਨੇ ਲਗਭਗ 26-27 ਸਾਲ ਰਾਜ ਕੀਤਾ ਤੇ ਲਗਭਗ 30 ਸਾਲ ਰਾਜ ਸ਼ਾਹਜਹਾਨ ਕਰ ਗਿਆ 50 ਸਾਲ ਫਿਰ ਔਰੰਗਜ਼ੇਬ ਕਰ ਗਿਆ ਤੇ 8-7 ਸਾਲ ਪਿਛੋਂ ਬਹਾਦਰ ਸ਼ਾਹ ਕਰਕੇ ਮਰਿਆ ਤੇ ਉਸ ਤੋਂ ਬਾਅਦ ਬਸ ਇਹਨਾਂ ਦਾ ਰਾਜ ਖਤਮ ਹੋ ਗਿਆ ਹਾਂਜੀ ਚੜੀ ਟਿਠੀ ਡਿਠੀ ਕਛ ਔਰ ਪੀ ਤਈ ਜਿਹੜਾ ਪਿਛੋਂ ਝਾੜ ਛੁੱਟਿਆ ਸੀਗਾ ਨਾ ਥੈਲਾ ਝਾੜਿਆ ਸੀ ਉਹ ਕਿਹੜੇ ਬਾਦਸ਼ਾਹ ਹੋਏ ਫਰਖਸ਼ੀਰ ਜਹਾਂਦਰ ਸ਼ਾਹ ਤੇ ਮੁਹੰਮਦ ਸ਼ਾ ਰੰਗੀਲੇ ਵਰਗੇ ਉਹ ਦਿੱਲੀ ਜੀ ਰਹੇ ਫਿਰ ਬਾਹਰ ਨਹੀਂ ਉਹਨਾਂ ਦਾ ਹੁਕਮ ਚੱਲਿਆ ਹੌਲੇ ਹੌਲੇ ਸੁngੜਦੇ ਗਏ ਤੇ ਫਿਰ ਅਖੀਰਲਾ ਬਾਦਸ਼ਾਹ ਇਹਨਾਂ ਦਾ ਹੋਇਆ ਬਹਾਦਰ ਸ਼ਾ ਜਫਰ ਜਿਹਦੇ ਕੋਲੋਂ ਅੰਗਰੇਜ਼ਾਂ ਨੇ ਹਿੰਦੁਸਤਾਨ ਦਾ ਕਬਜ਼ਾ ਲੈ ਕੇ ਉਹਨੂੰ ਬਰਮਾ ਦੀ ਜੇਲ੍ਹ 'ਚ ਰੰਗੂਨ ਭੇਜ ਦਿੱਤਾ ਸੀਗਾ ਸੋ ਇਸ ਤਰ੍ਹਾਂ ਇਹ ਰਾਜ ਇਹਨਾਂ ਦਾ ਮੁਗਲਾਂ ਦਾ ਖਤਮ ਹੋਇਆ ਫਿਰ ਚਾਹੋ ਮੈਂ ਤੁਮ ਤੇ ਲਈ ਕਹਿਣ ਲਗਾ ਮਹਾਰਾਜ ਬਸ ਸਾਤੀ ਰਾਜ ਦਿਓਗੇ ਹੋਰ ਨਹੀਂ ਕਿਰਪਾ ਕਰੋਗੇ ਮਹਾਰਾ ਕਹਿੰਦੇ ਤੇਰੇ ਕੋਲ ਹੈ ਹੀ ਇੰਨਾ ਸੌਦਾ ਸੀਗਾ ਤੂੰ ਤੈਨੂੰ ਭੇਟਾ ਕੀ ਦੇ ਸਕਦਾ ਤੇਰੇ ਕੋਲ ਹੈ ਕੀ ਆਖੋ ਸਤਨਾਮੁ ਸ੍ਰੀ ਵਾਹਿਗੁਰੂ ਹੈ ਕੁਝ ਨਹੀਂ ਕਹਿੰਦਾ ਹੋਰ ਰਾਜ ਹੋਰ ਦਿੰਦੇ ਕੁਝ ਸਮਾਂ ਇਹ ਤਾਂ ਦੋ 250 ਸਾਲ ਦੀ ਮੁੱਕ ਜਾਣਾ ਹਾਂਜੀ ਪੰਗ ਮੁਠੀ ਪਰ ਜੋ ਮੈਂ ਦਈ ਮੈਂ ਉਹ ਸਾਹਿਬ ਜੀ ਨੂੰ ਇਹ ਭੰਗ ਦੀਆਂ ਮੁਠੀਆਂ ਭੇਟਾ ਕੀਤੀਆਂ ਨੇ ਸਮੋਂ ਪਾਏ ਲੇਵੋ ਸਭ ਤਈ ਏ ਮਹਾਰਾਜ ਇਹ ਰਾਜ ਮੇਰਾ ਸੱਤ ਪੁਸਤਾਂ ਹੀ ਚੱਲੇਗਾ ਮਹਾਰਾਜ ਕਹਿੰਦੇ ਸਮਾ ਪਾ ਕੇ ਉਹ ਵੀ ਅਸੀਂ ਵਾਪਸ ਲੈਣਾ ਆਖੋ ਸ੍ਰੀ ਵਾਹਿਗੁਰੂ ਇਹ ਹੁਣ ਅਸੀਂ ਤੇਰੇ ਕੋਲ ਰਹਿਣ ਥੋੜਾ ਦੇਣਾ ਸੱਤ ਮੁਠਾਂ ਤੈਨੂੰ ਦਿੱਤੀਆਂ ਵਜਾ ਸੱਤ ਪੁਸਤਾਂ ਦਾ ਉਸ ਤੋਂ ਬਾਅਦ ਮੇਰਾ ਖਾਲਸਾ ਰਾਜ ਕਰੇਗਾ ਭੰਗ ਬਦਲੇ ਸਭ ਹਿੰਦ ਦਈ ਜੈਬੇ ਪਰਵਾਹੀ ਕੀ ਨਾ ਭੰਗ ਦੇ ਬਦਲੇ ਰਾਜ ਦੇ ਦੇਣਾ ਇਹਨੂੰ ਕਹਿੰਦੇ ਆ ਬੇਪਰਵਾਹੀ ਕੋਈ ਕਿਸੇ ਨੂੰ ਰਾਜ ਮੰਗੇ ਅਸ਼ੀਰਵਾਦ ਰਾਜ ਕਿੰਨੀ ਵੱਡੀ ਚੀਜ਼ ਹੁੰਦੀ ਹੈ ਰਾਜ ਤੋਂ ਵੱਡੀ ਤੇ ਦੁਨੀਆ ਦੁਨੀਆ ਦੀ ਚੀਜ਼ ਕੋਈ ਨਹੀਂ ਨਾ ਰੱਬ ਦੀ ਗੱਲ ਛੱਡੋ ਪਰ ਦੁਨੀਆ ਦੇ ਦੇਖੋ ਤੇ ਸਭ ਤੋਂ ਵੱਡੀ ਤਾਕਤ ਰਾਜ ਦੀ ਹੈ ਤੇ ਉਹ ਭੰਗ ਦੀ ਮੁੱਠੀਆਂ ਬਦਲੇ ਦੇ ਦੇਣਾ ਇਹਨੂੰ ਕਹਿੰਦੇ ਬੇਪਰਵਾਹੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਭੰਗਲੇ ਪਹਾੜੇ ਬੇਪਰਵਾਹੀ ਕੀਨ ਗੁਰੂ ਨਾਨਕ ਸੱਚੇ ਪਾਤਸ਼ਾਹ ਬੇਪਰਵਾਹੀ ਕੀਤੀ ਇਸ ਹਿੰਦੁਸਤਾਨ ਦੀਆਂ ਸਤ ਪੁਸਤਾਂ ਦਾ ਰਾਜ ਇਸ ਬਾਬਰ ਨੂੰ ਦਿੱਤਾ ਜਿਮ ਪਸਮੰਤਰ ਦੇ ਪਰ ਦਖ ਸਿਰ ਸਿਵ ਨੀਮ ਲਿਜਲੀਨਾ ਆਹ ਜਿਵੇਂ ਸ਼ਿਵ ਜੀ ਨੇ ਪਸਮੰਤਰ ਨੂੰ ਵਰਦੇ ਤਾਂ ਬੇਪਰਵਾਹੀ ਨਾਲ ਤੇ ਭਸਮੰਤਰ ਕਹਿੰਦਾ ਹੁਣ ਮੈਂ ਪਾਰਵਤੀ ਖੋਵਾਂਗਾ ਭਸਮ ਸ਼ਿਵ ਜੀ ਨੂੰ ਮਾਰ ਕੇ ਪਰ ਹੁਣ ਉਹ ਪਰਮੇਸ਼ਰ ਦੀ ਸ਼ਕਤੀ ਸੀ ਉਹਨੇ ਆਖਿਆ ਕੀ ਕਰਨ ਲਗਾ ਕਹਿੰਦਾ ਇਹਨੂੰ ਮਾਰਾਂਗਾ ਤੇਰੇ ਘਰ ਵਾਲੇ ਨੂੰ ਪਾਰਵਤੀ ਕਹਿੰਦੀ ਹੈ ਕਿਵੇਂ ਮਾਰੇਗਾ ਇਹਨੇ ਦੇ ਸਿਰ ਤੇ ਹੱਥ ਰੱਖਾਂਗਾ ਮਰ ਜੇਗਾ ਕਹਿੰਦੇ ਤੇਰੇ ਹੱਥ ਨਾਲ ਕਿਵੇਂ ਮਰ ਜੇਗਾ ਇਹ ਕਹਿੰਦੇ ਇਹਨੇ ਮੈਨੂੰ ਵਰ ਦਿੱਤਾ ਵੀ ਜਿਹਦੇ ਸਿਰ ਤੇ ਹੱਥ ਰੱਖਾਂ ਉਹ ਭਸਮ ਹੋ ਜਾਏ ਵਾਰਬਤੀ ਕਹਿੰਦੀ ਹੈ ਯਾ ਬੌਰਾ ਤੇ ਕੈਂ ਵਰ ਲਈਨਾ ਇਹਦੇ ਤੋਂ ਤੁਕੀ ਇਹ ਤਾਂ ਐਵੇਂ ਕਹਿ ਦਿੰਦਾ ਹੋਵੇਗਾ ਇਦਾਂ ਥੋੜਾ ਹੁੰਦਾ ਤੂੰ ਆਪਣੇ ਸਿਰ ਤੇ ਹੱਥ ਰੱਖ ਕੇ ਦੇਖ ਸਨਾ ਜਰਾ ਜਦੋਂ ਆਪਣੇ ਸਿਰ ਤੇ ਹੱਥ ਰੱਖਿਆ ਬਸ ਮੰਗਤ ਖਤਮ ਹੋ ਗਿਆ ਬਸਮ ਹੋ ਗਿਆ ਸੋ ਇਹ ਹੁਣ ਇਹ ਗੱਲ ਕਿਉਂ ਇੱਥੇ ਭਾਈ ਸਾਹਿਬ ਨੇ ਲਿਖੀ ਆ ਵੀ ਜਿਹਦੇ ਕੋਲੋਂ ਵਰ ਲਿਆ ਸ਼ਿਵ ਜੀ ਕੋਲੋਂ ਉਹਨੂੰ ਹੀ ਠਗਣ ਤੁਰ ਪਏ ਇਹ ਦੈਂਤਾਂ ਦੀ ਬਿਰਤੀ ਆ ਰਾਖਸ਼ਾਂ ਦੀ ਮੌਲਾ ਨੇ ਕੀ ਕੀਤਾ ਗੁਰੂ ਨਾਨਕ ਤੋਂ ਹੀ ਰਾਜ ਲਿਆ ਤੇ ਗੁਰੂ ਨਾਨਕ ਨੂੰ ਅੱਖਾਂ ਦਿਖਾਣ ਲੱਗ ਪਏ ਪੰਜਵੇਂ ਜਾਮੇ 'ਤੇ ਤੱਤੀ ਤਵੀ ਤੇ ਬਾਤ ਆ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲਾਤਾ ਸਹਬਜਾ ਦੇ ਨਹੀਂ ਅਜ ਚਿੰਨ ਤੇ ਤੇ ਉਹ ਫਿਰ ਜਦੋਂ ਉਲਟਾ gekeੜਾ ਚੱਲਿਆ ਤੇ ਆਪਣੀ ਕੀਤੀ ਦਾ ਫਲ ਪਾ ਕੇ ਰਾਜ ਭਾਗਵਾ ਬੈਠੇ ਸੋ ਸਤਿਗੁਰੂ ਕਹਿੰਦੇ ਸਮਾਂ ਆਏਗਾ ਜਦੋਂ ਇਹ ਰਾਜ ਅਸੀਂ ਲੈ ਕੇ ਆਪਣੇ ਖਾਲਸੇ ਨੂੰ ਦੇ ਦੇਵਾਂਗੇ ਜਬ ਗੁਰ ਕੈ ਓਚਾਰ ਪੰਗ ਬਦਲ ਸਭ ਹਿੰਦ ਦਈ ਮਹਾਰਾਜ ਕਹਿਣ ਲੱਗੇ ਤੈਨੂੰ ਭੰਗ ਬਦਲੇ ਦਿੱਤੀ ਹੈ ਭਾਵ ਭੰਗ ਦੇ ਪਹਾੜੇ ਸਸਤਾ ਦਿੱਤਾ ਸੌਦਾ ਤੇ ਜੇ ਤੂੰ ਅਜੇ ਵੀ ਨਾ ਸਮਝੇ ਗੁਰੂ ਘਰ ਦੀ ਮਹਿਮਾ ਤੇ ਫਿਰ ਤੈਨੂੰ ਲਾਹਨਤ ਹੈ ਹਾਂਜੀ ਕਿਨੋ ਐਸ ਕਰਾਰ ਫਿਰ ਪਤਸ਼ਾਹੀ ਲੈ ਲੇਂਗੇ ਯਾਦ ਰੱਖੀ ਜੇ ਗੁਰੂ ਘਰ ਦਾ ਅਦਬ ਰੱਖੇਗਾ ਬਣਿਆ ਰੂ ਰਾਜ ਰਾਜ ਇਕਰਾਰ ਕਰਕੇ ਦੇ ਰਹੇ ਆ ਸੱਤਾ ਪੁਸਤਾਂ ਤੋਂ ਬਾਅਦ ਵਾਪਸ ਲੈ ਲਵਾਂਗੇ ਜਬ ਸਤਗੁਰ ਨੇ ਯੂੰ ਕਹਿਓ ਸੁਨ ਬਾਬਰ ਸੁਲਤਾਨ ਮਹਾਰਾਜ ਨੇ ਕਿਹਾ ਵਾਪਸ ਲੈ ਲਾਂਗੇ ਹੁਣ ਜਿਹੜੀ ਚੀਜ਼ ਮਿਲੇ ਨਾ ਤੇ ਉਹਦੇ ਨਾਲ ਹੀ ਇਹ ਵੀ ਹੋਵੇ ਵੀ ਵਾਪਸ ਤੇ ਬੰਦੇ ਦਾ ਅੱਧਾ ਜਿਹੜਾ ਉਤਸ਼ਾਹ ਘਟ ਜਾਂਦਾ ਬਾਦਸ਼ਾਹ ਇੱਕਦਮ ਚਿੰਤਾ 'ਚ ਪੈ ਗਿਆ ਹੈ ਇਹ ਵਾਪਸ ਲੈਣਗੇ ਹਾਂਜੀ ਫਿਰ ਹੋਣਾ ਹੈ ਜਦ ਹੋਏਗੇ ਤਬ ਲੈ ਦੇਗਾ ਤਾਲ ਕਹਿਣ ਲੱਗੇ ਮਹਾਰਾਜ ਕਹਿੰਦੇ ਦੇਖ ਜੇ ਤੂੰ ਭਲਵਾਨ ਸੀ ਨਾ ਰਹੇਗਾ ਤੇ ਫਿਰ ਤਾਂ ਰਾਜ ਚੱਲੇਗਾ ਤੇ ਜੇ ਤੂੰ ਕਰੇਂਗਾ ਖਰਾਬੀ ਤੇ ਫਿਰ ਤਾਨ ਸ਼ਸਤਰ ਤੇਗ ਦੇ ਨਾਲ ਅਸੀਂ ਜੰਗ ਕਰਕੇ ਵੀ ਲੈ ਲਵਾਂਗੇ ਖਾਲਸੇ ਨੂੰ ਸ਼ਸਤਰ ਤਾਰੇ ਕਿਉਂ ਬਣਾਇਆ ਸਤਿਗੁਰੂ ਦਸਵੇਂ ਪਾਤਸ਼ਾਹ ਨੇ ਇਹ ਜਿਹੜਾ ਹੁਣ ਜ਼ਾਲਮਾਂ ਨੂੰ ਰਾਜ ਦਿੱਤਾ ਹੋਇਆ ਹੈ ਨਾ ਇਹਨਾਂ ਨੇ ਆਪਣੇ ਆਪ ਵਾਪਸ ਨਹੀਂ 모ੜਨਾ ਇਹ ਤੇਗ ਨਾਲ ਹੀ ਲੈਣਾ ਪੈਣਾ ਹਾਂਜੀ ਸੁਨ ਸਾਤ ਗੁਰ ਕੇ ਬਚਨ ਬਾਬਰ ਇਉਂ ਭਾਖਿਓ ਬਾਬਰ ਕਹਿਣ ਲੱਗਾ ਦੇ ਕੇ ਲੈਨ ਥੂਕ ਵਡ ਨਹੀਂ ਆਖਿਓ ਕਹਿਣ ਲੱਗਾ ਜੀ ਤੁਸੀਂ ਦੇ ਕੇ ਵਾਪਸ ਲਓਗੇ ਤੇ ਸਿਆਣੇ ਕਹਿੰਦੇ ਆ ਵੀ ਦੇ ਕੇ ਲੈਣੋ ਥੂਕ ਵੀ ਜਿਵੇਂ ਥੁੱਕੇ ਚੱਟਣਾ ਹੁੰਦਾ ਉਹ ਚੀਜ਼ ਵਾਪਸ ਤਿਆਗ ਦੇ ਕੇ ਫਿਰ ਵਾਪਸ ਮੰਗਣੀ ਇਹ ਤੇ ਗੁਨਾਹ ਹੈ ਇਹ ਤੇ ਪਾਪ ਹੈ ਤੁਸੀਂ ਮਹਾਰਾਜ ਨਾਲੇ ਦੇ ਤਾ ਰਾਜ ਫਿਰ ਵਾਪਸ ਲਾਉਂਗੇ ਹਾਂਜੀ ਦੇ ਕੇ ਲੈ ਨੋ ਥੂਕ ਮੁਖੋ ਜਿਮ ਚਟਣ ਹੈ ਜਿਵੇਂ ਦੇ ਕੇ ਲੈਣਾ ਥੁੱਕੇ ਚਟਣ ਦੇ ਬਰਾਬਰ ਹੁੰਦਾ ਹੋ ਦੇ ਕੇ ਲੈਨ ਜਗਤਰ ਅਬ ਜਸ ਵੱਡ ਖਟਣ ਹੈ ਦੇ ਕੇ ਲੈਣਾ ਨਿੰਦਾ ਹੁੰਦੀ ਹੈ ਵੀ ਪਹਿਲਾਂ ਦੇ ਤਾ ਫਿਰ ਵਾਪਸ ਮੰਗਦੇ ਨੇ ਹਾਂਜੀ ਤਬ ਸਤਗੁਰੂ ਬਾਬਰ ਕਹਿਓ ਯੂੰ ਦੇ ਕੇ ਲੇਵਨ ਹੋਏ ਮਹਾਰਾਜ ਕਹਿੰਦੇ ਤੂੰ ਜੋ ਕਹਿ ਰਿਆਂ ਗੱਲ ਤਾਂ ਤੂੰ ਬੜੀ ਰਾਜਨੀਤੀ ਦੀ ਕਰ ਰਿਆਂ ਆਪਣੇ ਵੱਲੋਂ ਪਰ ਰਾਜਨੀਤੀ ਦਾ ਪਾਠ ਇੱਥੇ ਹੀ ਨਹੀਂ ਮੁੱਕਦਾ ਅੱਗੇ ਵੀ ਚੱਲਦਾ ਆਖੋ ਸਤਿਰਾਹ ਸ੍ਰੀ ਵਾਹਿਗੁਰੂ ਕਹਿੰਦੇ ਦੇਖ ਲੈਣਾ ਇਓ ਹੁੰਦਾ ਹੈ ਮੁਫਤ ਨਿਆਮਤ ਬੇਕਦਰ ਰਾਖ ਨਾ ਸਾਖਤ ਕੋਏ ਜੇ ਕਿਸੇ ਨੂੰ ਮੁਫਤ ਨਿਆਮਤ ਮਿਲ ਜੇ ਨਾ ਮੁਫਤ ਉਹ ਦੀ ਕਦਰ ਨਹੀਂ ਕਰਦਾ ਰੱਖ ਨਾ ਸਕਤ ਸੋਏ ਉਹ ਰੱਖ ਨਹੀਂ ਸਕਦਾ ਤੇ ਜੇ ਉਹ ਉਹ ਨਾ ਉਹਦੀ ਕਦਰ ਕਰੇ ਨਾ ਤੇ ਸਿਆਣੇ ਉਹਦੇ ਕੋਲੋਂ ਚੀਜ਼ ਵਾਪਸ ਲੱਕਾ ਤੂੰ ਇਹਦੀ ਕਦਰ ਹੀ ਨਹੀਂ ਕੀਤੀ ਤੈਨੂੰ ਇੰਨੀ ਮਹਿੰਗੀ ਚੀਜ਼ ਦਿੱਤੀ ਹੈ ਤੇ ਤੂੰ ਇਹਨੂੰ ਕੌਡੀਆਂ ਦੇ ਚ ਰੋਲ ਰਿਆ ਤੇ ਫਿਰ ਵਾਪਸ ਵੀ ਲੈ ਲੈਂਦੇ ਹੁੰਦੇ ਆ ਹਾਂਜੀ ਮੁਕਤ ਨਿਆਮਤ ਚੀਜ਼ ਥੀ ਮਨਸੂਰੇ ਲਈ ਨਹੀਂ ਕਹਿੰਦੇ ਮੁਕਤ ਮੁਫਤ ਨਿਆਮਤ ਮਨਸੂਰ ਨੂੰ ਮਿਲੀ ਸੀ ਬੜੀ ਪੁਰਾਣੀ ਕਥਾ ਹੁਣ ਇੱਥੇ ਵਿਸਤਾਰ ਦਾ ਟਾਈਮ ਨਹੀਂ ਹੈ ਤੇ ਉਹ ਉਹ ਨੂੰ ਰੱਖ ਨਹੀਂ ਸੀ ਸਕਿਆ ਹਾਂਜੀ ਇੱਕ ਪੰਕਤੀ ਪਾੜ ਦਿੰਨਾ ਰੱਖ ਨਾ ਜਾਣੀ ਤਿਨੈ ਜਿੰਦ ਸੰਗ ਲੈ ਗਈ ਦਿਨੀ ਕਹਿੰਦੇ ਉਹਦੀ ਜਾਨ ਲੈ ਕੇ ਚਲੀ ਗਈ ਸੀ ਉਹ ਚੀਜ਼ ਹਾਂਜੀ ਮੁਕਤ ਨਿਆਮਤ ਹੈ ਕਪੂਰ ਪਾਏ ਜਿਉਂ ਰਖਣੋ ਆ ਜਿਵੇਂ ਕਹਿੰਦੇ ਕਪੂਰ ਨੂੰ ਪਾ ਕੇ ਰਖੀਏ ਤੇ ਉੱਟ ਜਾਂਦਾ ਨਾ ਇਵੇਂ ਮੁਫਤ ਨਿਆਮਤ ਜਿਹੜੀ ਆ ਨਾ ਉਹ ਨਹੀਂ ਰਹਿੰਦੀ ਹੁੰਦੀ ਉੱਡ ਜਾਂਦੀ ਹੁੰਦੀ ਹੈ ਹਾਂਜੀ 100 ਮਿਲ ਅਗਨ ਉੱਡ ਜਾਏ ਪਾਂਡਾ ਰਹਿ ਸੁਖ ਨੋ ਜਿਵੇਂ ਮੁਸ਼ਕਪੂਰ ਦੀਆਂ ਟਿੱਕੀਆਂ ਰੱਖਦੇ ਹੋ ਤੇ ਉਹਨੂੰ ਅੱਗ ਦਾ ਸੇਕ ਲੱਗੇ ਤੇ ਉੱਡ ਜਾਂਦਾ ਨਾ ਮੁਸ਼ਕਪੂਰ ਇਦਾਂ ਮਹਾਰਾਜ ਕਹਿੰਦੇ ਆ ਜਿਵੇਂ ਮੁਸ਼ਕਪੂਰ ਉੱਡ ਜਾਂਦਾ ਨਾ ਮੁਫਤਵੇਂ ਵਾਲਿਆ ਰਾਜ ਵੀ ਉੱਡ ਜਾਂਦਾ ਤੇ ਅਸੀਂ ਤੈਨੂੰ ਦਿੱਤਾ ਸੱਤ ਪੁਸਤਾਂ ਲਈ ਇਹ ਗੱਲ ਹੁਣ ਸਾਰੀ ਦਿਨੀ ਆਪਾਂ ਅਜੇ ਤੱਕ ਸੁਣੀ ਹੈ ਇਹਦਾ ਨਿਚੋੜ ਕੀ ਹੈ ਭਾਈ ਤਾਰੂ ਸਿੰਘ ਜੀ ਇਹ ਸਿੱਧ ਕਰ ਰਹੇ ਹੈ ਭਾਈ ਰਤਨ ਸਿੰਘ ਜੀ ਵੀ ਇਹ ਸਿੱਧ ਕਰ ਰਹੇ ਹੈ ਵੀ ਮੁਗਲ ਬਾਦਸ਼ਾਹ ਗੌਰ ਅਲੀ ਸ਼ਾ আলম ਦੂਜਾ ਕਹਿ ਰਿਹਾ ਸੀ ਅੰਗਰੇਜ਼ਾਂ ਨੂੰ ਜਵਾਬ ਦੇ ਰਿਹਾ ਸੀ ਕਿ ਸਿੱਖਾਂ ਨੂੰ ਰਾਜ ਅਸੀਂ ਦਿੱਤਾ ਇਹ ਦਿੱਲੀ ਦੇ ਬਾਦਸ਼ਾਹ ਗੌਰ ਅਲੀ ਦਾ ਬਿਆਨ ਸੀ ਅੰਗਰੇਜ਼ਾਂ ਦੇ ਅੱਗੇ ਉਹਨੇ ਮਹਾਰਾਣੀ ਨੂੰ ਜਵਾਬ ਦਿੱਤਾ ਸੀ ਇੰਗਲੈਂਡ ਬੀ ਸਿੱਖਾ ਨੂੰ ਰਾਜ ਅਸੀਂ ਦਿੱਤਾ ਸਾਡਾ ਦਿੱਤਾ ਹੈ ਰਾਜ ਕਰ ਰਹੇ ਨੇ ਖਾਨਦਾਨੀ ਬਾਦਸ਼ਾਹ ਨਹੀਂ ਹਨ ਤੇ ਅੰਗਰੇਜ਼ ਭਾਈ ਰਤਨ ਸਿੰਘ ਨੂੰ ਪੁੱਛ ਰਹੇ ਨੇ ਵੀ ਤੁਹਾਨੂੰ ਰਾਜ ਅੰਗਰੇਜ਼ਾਂ ਨੇ ਮੁਗਲਾਂ ਨੇ ਦਿੱਤਾ ਭਾਈ ਰਤਨ ਸਿੰਘ ਜੀ ਕਹਿੰਦੇ ਇਹਨਾਂ ਨੇ ਨਹੀਂ ਰਾਜ ਦਿੱਤਾ ਇਹਨਾਂ ਨੂੰ ਰਾਜ ਅਸੀਂ ਦਿੱਤਾ ਸਾਡੇ ਗੁਰੂ ਨੇ ਦਿੱਤਾ ਗੁਰੂ ਨਾਨਕ ਸਾਹਿਬ ਦਾ ਦਿੱਤਾ ਇਹ ਰਾਜ ਕਰ ਰਹੇ ਨੇ ਅਸੀਂ ਇਹਨਾਂ ਦਾ ਰਾਜ ਨਹੀਂ ਅਸੀਂ ਤਾਂ ਤੇਗ ਨਾਲ ਲਿਆ ਸਾਨੂੰ ਤਾਂ ਸਤਗੁਰਾਂ ਨੇ ਦਿੱਤਾ ਉਹ ਕਹਾਸਾ ਇੱਥੇ ਜਿਹੜੀ ਹੈ ਚੱਲ ਰਹੀ ਸੀ ਲਗਭਗ ਡੇਢ ਦੋ ਮਹੀਨੇ